ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲੇ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦਾ ਕਿ ਤੁਸੀਂ ਇੱਕ ਛੋਟੇ ਜਿਹਾ ਨੋਟਿਸ 'ਤੇ ਇੱਥੇ ਸਾਰੇ ਆਏ ਹੋ। ਮੈਂ ਸਮਝਦਾ ਕਿ ਪਿਛਲੇ 7-8 ਮਹੀਨਿਆਂ ਤੋਂ ਇੱਕ ਬਹੁਤ ਵੱਡੀ ਸਾਜਿਸ਼ ਮੇਰੇ ਖਿਲਾਫ ਰਚੀ ਜਾ ਰਹੀ ਹੈ, ਸਾਜਿਸ਼ ਚੱਲੀ ਜਾ ਰਹੀ ਹੈ ਕਿ ਕਿਸੇ ਤਰੀਕੇ ਮਨਜੀਤ ਸਿੰਘ ਜੀਕੇ ਨੂੰ ਪਹਿਲੇ ਪੋਲੀਟੀਕਲੀ ਖਤਮ ਕਰਨ ਦੀ ਗੱਲ ਕੀਤੀ ਸੀਗੀ, ਔਰ ਮੈਂ ਸਮਝਦਾ ਕਿ ਹੁਣ ਸ਼ਾਇਦ ਗੱਲ ਇਸ ਤੋਂ ਅੱਗੇ ਜਾਏਗੀ, ਕਿਉਂਕਿ 8 ਮਹੀਨੇ ਦੀਆਂ ਕੋਸ਼ਿਸ਼ਾਂ, ਸਾਜਿਸ਼ਾਂ, ਇਲਜ਼ਾਮਬਾਜ਼ੀ, ਝੂਠੇ ਪਰਚੇ ਬਣਾ ਕੇ ਮੇਰੇ ਖਿਲਾਫ਼ ਸਬੂਤ ਪੇਸ਼ ਕਰਨੇ, ਇਹ ਸਾਰਿਆਂ 'ਚ ਨਾਕਾਮਯਾਬ ਹੋਏ ਨੇ। ਔਰ ਮੈਨੂੰ ਲੱਗਦਾ ਕਿ ਹੁਣ ਕਿਸੇ ਨਾ ਕਿਸੇ ਹੋਰ ਪਾਸੇ ਇਹ ਰੁੱਖ ਲੈ ਕੇ ਜਾਏਗੀ। ਮੈਂ ਉਸ ਪਰਿਵਾਰ 'ਚੋਂ ਬਿਲੋਂਗ ਕਰਦਾ ਕਿ ਮੇਰੇ ਪਿਤਾ ਜਥੇਦਾਰ ਸੰਤੋਖ ਸਿੰਘ 1948 ਤੋਂ ਬਾਅਦ ਦਿੱਲੀ ਆ ਕੇ ਵਸੇ, ਔਰ ਮੈਂ ਸਮਝਦਾ ਕਿ ਮੇਰੀ ਇਹ ਦੂਜੀ ਜਨਰੇਸ਼ਨ। ਔਰ ਦਿੱਲੀ ਦੇ ਵਿੱਚ ਜਿੰਨੇ ਗੁਰਦੁਆਰੇ, ਗੁਰਧਾਮ ਤੁਸੀਂ ਦੇਖਦੇ ਹੋ, ਬੰਗਲਾ ਸਾਹਿਬ ਲੈ ਲਓ, ਪਾਰਕਿੰਗ ਵਾਲੀ ਥਾਂ ਲੈ ਲਓ, ਸਰੋਵਰ ਵਾਲੀ ਥਾਂ ਲੈ ਲਓ, ਲੰਗਰ ਵਾਲੀ ਥਾਂ ਲੈ ਲਓ, ਤੁਸੀਂ ਦਮਦਮਾ ਸਾਹਿਬ, ਮੋਤੀ ਬਾਗ ਸਾਹਿਬ, ਨਾਨਕ ਪਿਓ ਸਾਹਿਬ, ਮਜਨੂ ਟੀਲਾ ਸਾਹਿਬ, ਮਾਤਾ ਸੁੰਦਰੀ ਸਾਹਿਬ, ਤੁਸੀਂ ਸੀਸਗੰਜ ਸਾਹਿਬ ਦੇ ਨਾਲ ਦੀ ਕੁਤਵਾਲੀ ਲੈ ਲਓ, ਤੁਸੀਂ 13 ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਲੈ ਲਓ, ਤੁਸੀਂ ਖਾਲਸਾ ਕਾਲਜ ਦਿੱਲੀ ਯੂਨੀਵਰਸਿਟੀ ਲੈ ਲਓ, ਤੁਸੀਂ ਗੁਰੂ ਗੋਬਿੰਦ ਸਿੰਘ ਕਾਲਜ ਪ੍ਰੀਤਮਪੁਰੇ ਲੈ ਲਓ, ਮਾਤਾ ਸੁੰਦਰੀ ਕਾਲਜ ਤੁਸੀਂ ਰਾਊਜ਼ ਐਵਨਿਊ ਰੋਡ 'ਤੇ ਲੈ ਲਓ। ਮੈਂ ਸਮਝਦਾ ਕਿ ਬਹੁਤ ਵੱਡੀ ਸੇਵਾ ਗੁਰੂ ਨੇ ਉਹਨਾਂ ਤੋਂ ਲਈ। ਮੈਂ ਗੱਲ ਇਸ ਜਗ੍ਹਾ ਤੋਂ ਸ਼ੁਰੂ ਕੀਤੀ ਤਾਂ ਕਿ ਮੈਂ ਥੋੜ੍ਹਾ ਜਿਹਾ ਪਿਛੋਕੜ ਦੱਸ ਦੇਵਾਂ। ਬੜੀ ਵੱਡੀਆਂ ਸਾਜ਼ਿਸ਼ਾਂ ਜਥੇਦਾਰ ਸੰਤੋਖ ਸਿੰਘ ਦੇ ਖਿਲਾਫ਼ ਹੋਈਆਂ 1970, ਬੜੇ ਨਜ਼ਦੀਕ ਸਮਝਿਆ ਜਾਂਦੇ ਸੀ ਇੰਦਰਾ ਗਾਂਧੀ ਦੇ। ਇੰਦਰਾ ਗਾਂਧੀ ਨੇ ਗੁਰਦੁਆਰੇ 'ਤੇ ਕਬਜ਼ੇ ਕਰਾਏ, ਗੁਰਦੁਆਰੇ 'ਤੇ ਕਬਜ਼ੇ ਕਰਾ ਕੇ ਨਲੇਪ ਕੌਰ, ਜਿਹੜੀ ਉਸ ਵੇਲੇ ਦੇ ਪੈਪਸੂ ਦੇ ਚੀਫ ਮਿਨਿਸਟਰ ਸਰ ਗਿਆਨ ਸਿੰਘ ਰਾੜਾ ਵਾਲਿਆਂ ਦੀ ਬੇਟੀ ਸੀ, ਉਹਨੂੰ ਅੱਗੇ ਲਗਾ ਕੇ ਇਹ ਕਬਜ਼ੇ ਕੀਤੇ ਗਏ, ਔਰ ਗੁਰਦੁਆਰੇ 15 ਦਿਨ ਸੀਲ ਰਹੇ। ਸੀਲ ਰਹਿਣ ਤੋਂ ਬਾਅਦ ਇਹ ਕਮਿਸ਼ਨ ਬਣਾਇਆ ਗਿਆ ਕਿ ਜਥੇਦਾਰ ਸੰਤੋਖ ਸਿੰਘ ਨੇ ਬਹੁਤ ਵੱਡੇ ਘਪਲੇ ਕੀਤੇ ਨੇ। ਮੇਰਾ ਖਿਆਲ ਇੱਥੇ ਸਾਡੇ ਬਜ਼ੁਰਗਾਂ 'ਚੋਂ ਸਿਰਫ ਜਸਵੰਤ ਸਿੰਘ ਅਜੀਤ ਜੀ ਬੈਠੇ ਨੇ, ਇਹਨੂੰ ਸਾਰਾ ਕੁਝ ਯਾਦ ਹੋਣਾ। ਇਨਕਮ ਟੈਕਸ ਰਿਟਾਇਰਡ ਕਮਿਸ਼ਨਰ ਚੌਧਰੀ ਖਜ਼ਾਨ ਸਿੰਘ ਦਾ ਕਮੇਟੀ ਬਣੀ ਕਿ ਜਥੇਦਾਰ ਸੰਤੋਖ ਸਿੰਘ ਦੇ ਸਾਰੇ ਘਪਲਿਆਂ ਨੂੰ ਨਸ਼ਰ ਕੀਤਾ ਜਾਵੇ। ਔਰ ਅੱਧੀ ਰਾਤੀ ਕਬਜ਼ਾ ਹੁੰਦਾ, ਗੋਲੀਆਂ ਚੱਲਦੀਆਂ ਨੇ, ਮਹਾਰਾਜ ਦੇ ਬੇਅਦਬੀ ਹੁੰਦੀ ਹੈ, 15 ਦਿਨ ਗੁਰਦੁਆਰੇ ਸੀਲ ਰਹਿੰਦੇ, ਕਿਸੇ ਨੂੰ ਚਾਰਜ ਨਹੀਂ ਦਿੱਤਾ ਗਿਆ। ਲੇਕਿਨ ਅਖੀਰ ਜਿਹੜਾ ਚੌਧਰੀ ਖਜ਼ਾਨ ਸਿੰਘ ਨੇ ਰਿਪੋਰਟ ਦਿੱਤੀ ਕਿ ਮੈਂ 1 ਰੁਪਇਆ ਵੀ ਐਂਬੈਸਲਮੈਂਟ ਦਾ ਨਹੀਂ ਫੜ ਸਕਿਆ। 4 ਸਾਲ ਇੰਦਰਾ ਗਾਂਧੀ ਦਾ ਸਰਕਾਰੀ ਬੋਰਡ ਕਾਬਜ਼ ਰਿਹਾ, ਅਖੀਰ ਇੰਦਰਾ ਗਾਂਧੀ ਨੂੰ ਆ ਕੇ ਸਮਝੌਤਾ ਕਰਨਾ ਪਿਆ, ਔਰ ਇਹ ਗੁਰਦੁਆਰਾ ਐਕਟ ਬਣਿਆ, ਮੋਰਚਾ ਲੱਗਿਆ, ਔਰ ਜਿਹਦੇ ਅਧੀਨ ਅਸੀਂ ਅੱਜ ਇਲੈਕਸ਼ਨਾਂ ਲੜਦੇ ਹਾਂ। ਸਮਾਂ ਗਿਆ 1975 'ਚ, ਜੋ ਅੱਜ ਮੇਰੇ ਨਾਲ ਹੋਇਆ, ਸੇਮ ਜਥੇਦਾਰ ਸੰਤੋਖ ਸਿੰਘ ਜੀ ਨਾਲ ਹੋਇਆ, ਉਹ ਇੱਕ ਬਹੁਤ ਵੱਡੀ ਸਟੋਰੀ। ਮੈਂ ਉਸ ਪਾਸੇ ਨਹੀਂ ਜਾਵਾਂਗਾ, ਲੇਕਿਨ ਉਸ ਪਾਸੇ ਜਾਵਾਂਗਾ ਕਿਉਂਕਿ ਇਤਿਹਾਸ ਦਾ ਇੱਕ ਮੋੜ ਸੀ ਕਿ ਜਿਸ ਵੇਲੇ ਇੰਦਰਾ ਗਾਂਧੀ ਦੇ ਖਿਲਾਫ਼ ਫੈਸਲਾ ਆਇਆ ਸੀਗਾ, ਅਕਾਲੀ ਦਲ ਨੇ ਫੈਸਲਾ ਕੀਤਾ ਕਿ ਅਸੀਂ ਇੰਦਰਾ ਗਾਂਧੀ ਦਾ ਸਾਥ ਨਹੀਂ ਦੇਣਾ, ਜਦਕਿ ਸਾਨੂੰ ਸਾਰਾ ਕੁਝ ਮਿਲਦਾ ਸੀ। ਇਹ ਇਸ਼ੂ 'ਤੇ ਮੈਂ ਬਾਅਦ ਜਾਵਾਂਗਾ। ਅੱਜ ਅਸੀਂ ਕੌਮ ਮਰਵਾ ਲਈ, 50,000 ਮੁੰਡਾ ਮਰਵਾ ਲਿਆ, ਲੇਕਿਨ ਉਹ ਚੀਜ਼ਾਂ ਨਹੀਂ ਲੈ ਸਕੀਆਂ ਜਿਹੜੀ ਇੰਦਰਾ ਗਾਂਧੀ ਤੁਹਾਡੇ ਗੋਡਿਆਂ ਨੂੰ ਹੱਥ ਲਾ ਕੇ ਦਿੰਦੀ ਸੀਗੀ। ਇਹ ਇਸ਼ੂ ਫਿਰ ਕਦੀ ਲਵਾਂਗਾ। ਅਖੀਰ ਨਹੀਂ ਜਥੇਦਾਰ ਸੰਤੋਖ ਸਿੰਘ ਦੇ ਕਾਰਵਾਈਆਂ ਨੂੰ ਰੋਕ ਸਕੇ। 1981 ਦਸੰਬਰ ਨੂੰ ਗੋਲੀ ਮਰਵਾ ਕੇ ਜਥੇਦਾਰ ਸੰਤੋਖ ਸਿੰਘ ਦੀ ਆਵਾਜ਼ ਨੂੰ ਬੰਦ ਕੀਤਾ ਗਿਆ। ਮੈਂ ਸਮਝਦਾ ਅੱਜ ਐਸਾ ਮਾਹੌਲ ਬਣਾ ਦਿੱਤਾ ਗਿਆ ਕਿ ਜਿਸ ਤਰੀਕੇ ਦੇ ਹਮਲੇ ਮੇਰੇ 'ਤੇ ਹੋ ਰਹੇ ਨੇ, ਉਹਨਾਂ ਦਾ ਕਾਰਨ ਵੀ ਤੁਹਾਨੂੰ ਮੈਂ ਅੱਗੇ ਦੱਸਾਂਗਾ। ਉਹ ਹਮਲੇ ਇਸ ਕਰਕੇ ਮੇਰੇ 'ਤੇ ਕੀਤੇ ਜਾ ਰਹੇ ਨੇ ਕਿ ਕਿਸੇ ਤਰੀਕੇ ਮਨਜੀਤ ਸਿੰਘ ਨੂੰ ਖਤਮ ਕੀਤਾ ਜਾਵੇ। ਖਤਮ ਤਾਂ ਮੈਂ ਤਾਂ ਹੋਵਾਂਗਾ ਜਦੋਂ ਗੁਰੂ ਨੇ ਕਰਨਾ, ਲੇਕਿਨ ਮੈਂ ਸਮਝਦਾ ਕਿ ਕਿਸੇ ਵਕਤ ਮੇਰੇ 'ਤੇ ਕਿਰਪਾਨਾਂ ਮਾਰੀਆਂ ਗਈਆਂ, ਕਿਸੇ ਵਕਤ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਜਿਹੜੇ ਮੇਰੇ ਹਮਲੇ ਹੋਏ ਨੇ ਉਹਨਾਂ 'ਤੇ ਵੀ ਇਹਨਾਂ ਦਾ ਆਪਣਿਆਂ ਦਾ ਹੀ ਨਾਂ ਆਉਂਦਾ। ਇਹ ਹਮਲੇ ਮੇਰੇ 'ਤੇ ਕਰਵਾ ਕੇ, ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਸ਼ਾਇਦ ਇਹ ਸਾਜਿਸ਼ 'ਚ ਨੇ, ਜੇ ਮਨਜੀਤ ਸਿੰਘ ਨੂੰ ਉੱਦਾਂ ਨਾ ਮਾਰ ਸਕੇ ਤਾਂ ਸ਼ਾਇਦ ਇਹ ਦੁਨੀਆ ਤੋਂ ਅਸੀਂ ਅਲਵਿਦਾ ਕਰ ਦਈਏ। ਲੇਕਿਨ ਨਾ ਮੇਰੇ ਪਿਤਾ ਦੀ ਆਵਾਜ਼ ਬੰਦ ਹੋਈ ਸੀ ਜਦ ਤੱਕ ਉਹਨਾਂ ਦਾ ਆਖਰੀ ਸਾਹ ਸੀ, ਅਤੇ ਜਦ ਤੱਕ ਮੇਰਾ ਆਖਰੀ ਸਾਹ, ਮੇਰੀ ਵੀ ਆਵਾਜ਼ ਨਹੀਂ ਬੰਦ ਹੋਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 6 ਸਾਲ ਦੇ ਨਿਜ਼ਾਮ 'ਚ, ਜੇ 84 ਦੀ ਲੜਾਈ ਦੀ ਗੱਲ ਕਰ ਲਵਾਂ,
जे कॉलेजों के बच्चों जो मिनोरिटी अज बच्चे पेपर दे के बैठे ना सिख बच्चे तो जे कट ऑफ लिस्ट जानी है 97 तो सिख बच्चे मैं 80 दे रहा 83 एडमिशन दे रहा जे कट ऑफ लिस्ट किसी सब्जेक्ट 92 जा रही है तो मैं सिख बच्चे 50% एडमिशन दे रहा जे 1984 की यादगार बनानी हो सीसगन साहब का प्याऊ बचाना हो जे लाल किले के केसरी निशान चुलाने हो शहर वो दिल्ली जिस दिल्ली ने गुरु तेग बहादुर साहब का कतल किया हो जिस दिल्ली ने बाबा बद्दा सिंह बहादुर के नाल उहदे साथियों का कतल किया हो दिल्ली जिसने सानू 1984-47 असी अपने बजुर्गों तो सुनते सीगे 47 सानू 1984 च दिल्ली ने दिखाई उस दिल्ली शहर च लाल किले ते केसरी निशान चुला के लोगों नू दस दिता कि कौम जीदी जागदी है मरी नहीं है सज्जन कुमार नू अंदर भेजना होवे मैं इस सरकार का भी धन्यवादी हाँ जिन्होंने SIT बनाई और जिहड़े साडे मसले सी भावें अफगानिस्तान के सिखा का होवे हिंदुआ का होवे भावें लांघे का होवे भावें ब्लैकलिस्ट का होवे भावें इस नू अंदर पाना होवे सज्जन टाइटल वर्गिया नू मैं समझदा वा कि इस सरकार ने साडे काम किए ने और ये काम कराने विच असी कामयाब क्यों होए हाँ कामयाब इसलिए होए कि दिल्ली के सिखा ने जिहड़ा भरोसा मेरे ते रख्या सीगा मैं कदी सरकार तो जाके कोटा परमिट लसेंस नहीं लिया ना मेरे फादर ने लिया सी मैं किसी सरकार को एप्लीकेशन नहीं लगाई सी जदों गया कौम के काम लैके गया वा और गुरु ने मेहर की है कौम के काम होए भी नहीं मैं कल एक प्रेस कॉन्फ्रेंस हुई है उस प्रेस कॉन्फ्रेंस दे विच बड़ा कुछ बोलिया गया बड़े बड़े तथ्य कढ़ के तुहाडे सामने रखे गए बड़िया बड़िया चीज़ा कढ़ के तुहाडे सामने रखिया गई उन्हां जिहड़े सब तो सीनियर लीडर है श्रोमणी अकाली दल का जिस लीडर करके 12-14 साल का बनवास अकाली दल ने दिल्ली च कटिया जिस लीडर की करप्शन करके जिस लीडर के किरदार करके जिस लीडर दे बदफेलियां करके इथों दी अकाली दल का सफाया होया 2008 दे विच सार सुखबीर सिंह बादल मेरे घर तुर के आते हैं कि सार मनजीत सिंह जिहदे हवाले असी दिल्ली कीती होई है ना उहदा किरदार ठीक है ना उहदा हिसाब ठीक है ना उहदी कोई होर जुबान ठीक है मैं समझदा वा कि अज तो बाद मैं सारा कुछ तैनू सौंपिया तो तू अकाली दल की प्रधानगी लै गुरु ने बख्शिश की अकाली दल की प्रधानगी ली पहली दफा 20 साल तो 4-4 MLA BJP के मिलते सी चारों हारते सी पहली दफा 3 MLA जितते ने जो प्रधानगी दी जाती है 2013 तुसी देखते हो किस तरीके नाल असी जित के आए 2017 दे विच फिर जितते जदों अकाली दल फरवरी के महीने 4 तरीक नूं हार रहा सीगा असी उस महीने 26 तरीक नूं दिल्ली च बगैर बादल साहब उन्हां दे परिवार की मजीठिए की फोटो लाए बगैर असी दिल्ली नूं स्वीप किया 46 चों 35 सीटां लैके गए मैं समझदा अज तकलीफ यह है कि मैं सवाल क्यों पुछदा वा मैं सवाल पूछता वा तो तुहानू तकलीफ हुंदी है मैं समझदा जिहड़ा 99 साल हो गए ने अकाली दल नूं उहनूं बचाना बड़ा जरूरी अगले साल 100 साल मनाण जा रहे हां कि जे पंजाब दे विच ही तुहाडियां फोटोआं नाल लाईआं हुंदीआं तां शायद 2-4 MP होर जित जांदे मैं समझदा कि अज पंजाब दे विच तुसीं 19 जां 20 सीटां ते लीड लई है 117 चों MLA की सीटा से बाकिया तो तुसी हारे हो यदा मतलब की है यदा मतलब यह है कि सिखा ने पासा वट लिया थोड़े तो तुसी पंथक पार्टी गिनी जा रहे हो यदा मतलब है कि पंथक वोट थोड़े तो निकल गई तुहानू तो मोदी साहब ने बचा दिता जिहड़ियां 2 सीटा लैके भंगड़े पा रहे हो गिद्धे पा रहे हो तुसी इखलाकी तौर पर अज ना SGPC ना दिल्ली गुरुद्वारा कमेटी तुहानू रहण दा हक है क्योंकि सिख तुहाडे नाल नहीं रहे ये आंकड़े दस रहे हैं अज अजीत का आर्टिकल पढ़ लो तुसी बाकी वड्डियां अखबारों के सारिया के हिसाब पढ़ लो कि उन्होंने विश्लेषण दिता चोणों का जे मैं जहेदार अवतार सिंह हित की गल करा कि कुछ उन्हें नहीं किया अज मनु भी शर्म आती है कि इस शख्स बारे मैं बोलना पेगा अकाल तख्त साहब से जिसनों सजा लगी हो सजा कह दी 1984 की लड़ाई जिहड़ी असी लड़ी है सतनामी बाई और दर्शन कौर दे केस दे विच इन्ने किन्ने पैसे HKR भगत तो खाधे आ टाइटल तो खाधे मैं नहीं कह रहा यह फुलका साहब की किताब पढ़ लो ये जाके तुसी किताब पढ़ लो बब्बर दी गुरचरण सिंह बब्बर दी
ਉੱਥੇ ਜਾ ਕੇ ਜਰਨੈਲ ਸਿੰਘ ਫਾਰਮਰ MLA ਉਹਦੀਆਂ ਲਿਖਤਾਂ ਪੜ੍ਹ ਲਓ ਕੀ ਲਿਖ ਰਿਹਾ। ਤੁਸੀਂ ਵਿਡੋਜ਼ ਨੂੰ ਨਹੀਂ ਛੱਡਿਆ, ਤੁਸੀਂ ਕੌਮ ਦੇ ਕਾਤਲਾਂ ਨਾਲ ਰਲ ਗਏ। ਮੈਂ ਸਮਝਦਾ ਕਿ ਅਗਰ ਇਹ ਪਿੱਠ 'ਚ ਛੁਰਾ ਨਾ ਮਾਰਿਆ ਹੁੰਦਾ ਅਕਾਲੀ ਦਲ ਦੀ ਇਸ ਲੀਡਰਸ਼ਿਪ ਨੇ, ਜਿਹਦੇ ਕੋਲ ਐਡੇ ਸਾਲ ਰਹੀ 28 ਸਾਲ 30 ਸਾਲ ਦਿੱਲੀ ਦੀ ਲੀਡਰਸ਼ਿਪ, ਸ਼ਾਇਦ ਅੱਜ ਟਾਈਟਲਰ ਵੀ ਅੰਦਰ ਹੁੰਦਾ, ਭਗਤ ਵੀ ਅੰਦਰ ਹੁੰਦਾ, ਧਰਮਦਾਸ ਸ਼ਾਸਤਰੀ ਵੀ ਅੰਦਰ ਹੁੰਦਾ ਅਤੇ ਕਮਲਨਾਥ ਵੀ ਜਿਹੜਾ ਮੁੱਖ ਮੰਤਰੀ ਉਹ ਵੀ ਅੰਦਰ ਹੁੰਦਾ। ਮੈਂ ਪੁੱਛਣਾ ਚਾਹੁੰਦਾ, ਮੇਰੇ 'ਤੇ ਇਲਜ਼ਾਮ ਲੱਗੇ, ਮੈਂ ਅਸਤੀਫਾ ਦੇ ਦਿੱਤਾ। ਅੱਜ ਹਿੰਦੁਸਤਾਨ ਟਾਈਮਸ ਦੇ ਵਿੱਚ ਖਬਰ ਹੈ ਕਿ ਸਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ, ਉਹਨਾਂ ਦਾ ਨਾਮ SIT ਨੇ, ਜਿਹੜੀ ਡੇਰਾ ਮਾਫੀ ਦੇ ਵਿੱਚ ਬਣੀ ਸੀ, ਬੇਦਬੀ ਦੇ ਵਿੱਚ ਬਣੀ ਸੀ, ਉਹਨਾਂ ਨੇ ਸਰ ਸੁਖਬੀਰ ਸਿੰਘ ਬਾਦਲ ਦਾ ਨਾਮ, ਜਿਹੜੀ ਉਹ ਰਿਪੋਰਟ ਹੁੰਦੀ ਹੈ ਉਹਦੇ ਵਿੱਚ ਉਹਨਾਂ ਦਾ ਨਾਮ ਇਨਕਲੂਡਿਡ ਹੈ। ਹੁਣ ਮੇਰਾ ਸਵਾਲ ਸਿੱਧਾ ਕਿ ਮਨਜੀਤ ਸਿੰਘ ਦੇ ਉੱਤੇ ਜੇ ਰਿਪੋਰਟ ਗਈ ਹੈ, ਹਲੇ FIR ਨਹੀਂ ਹੋਈ ਸੀ, ਮੈਂ ਅਸਤੀਫਾ ਦੇ ਦਿੱਤਾ, ਕੀ ਅੱਜ ਕੋਰ ਕਮੇਟੀ ਇਹ ਫੈਸਲਾ ਕਰੇਗੀ ਸਰ ਸੁਖਬੀਰ ਸਿੰਘ ਬਾਦਲ ਅੱਜ ਅਸਤੀਫਾ ਦੇਣਗੇ ਕਿ ਸਰ ਸੁਖਬੀਰ ਸਿੰਘ ਬਾਦਲ ਇਹ ਫੈਸਲਾ ਕਿਹਨੂੰ ਪੁੱਛ ਕੇ ਕਰਨਗੇ, ਕਿੱਦਾਂ ਕਰਨਗੇ? ਮੈਂ ਸਮਝਦਾ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ। ਮੋਰਲ ਰਿਸਪੋਂਸੀਬਿਲਟੀ ਕਰਕੇ ਉਹਨਾਂ ਨੂੰ ਇਹ ਅਸਤੀਫਾ ਦੇਣਾ ਚਾਹੀਦਾ। ਕੱਲ੍ਹ ਅਵਤਾਰ ਸਿੰਘ ਹਿੱਤ ਅਤੇ ਨਾਲ ਉਹਦੇ ਸਾਥੀਆਂ ਨੇ ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ 'ਤੇ ਬੜੀਆਂ ਗੱਲਾਂ ਕੀਤੀਆਂ। ਮੈਂ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਜੋ ਸੇਵਾ ਅਸੀਂ ਬਾਬਿਆਂ ਨੂੰ ਦਿੱਤੀ ਸੀ, ਭਾਵੇਂ ਉਹ ਬਾਬੇ ਭੂਰੀ ਵਾਲੇ ਹੋਣ, ਭਾਵੇਂ ਉਹ ਬਾਬਾ ਬਚਨ ਸਿੰਘ ਜੀ ਹੋਣ, ਭਾਵੇਂ ਉਹ ਬਾਬਾ ਦਮਦਮੀ ਟਕਸਾਲ ਵਾਲੇ ਹੋਣ, ਅਸੀਂ ਇਹਨਾਂ ਨੂੰ ਪੈਸੇ ਵੀ ਦਿੰਦੇ ਹਾਂ, ਅਸੀਂ ਇਹਨਾਂ ਨੂੰ ਸੋਨਾ ਵੀ ਦਿੰਦੇ ਹਾਂ, ਅਸੀਂ ਇਹਨਾਂ ਨੂੰ ਸਰੀਆ ਵੀ ਦਿੰਦੇ ਹਾਂ, ਅਸੀਂ ਸੰਗਤਾਂ ਤੋਂ ਵੀ ਲੈ ਕੇ ਦਿੰਦੇ ਹਾਂ। ਅਤੇ ਬਾਬਾ ਹਰਨਾਮ ਸਿੰਘ ਖਾਲਸਾ ਨੇ ਜਿੱਥੇ ਦਿੱਲੀ ਦੇ ਵਿੱਚ ਇੱਕ ਮਹੀਨਾ ਪਾਠ ਬੋਧ ਸਮਾਗਮ ਕਰਾਏ, ਇੱਕ ਮਹੀਨਾ ਹਜ਼ਾਰੋ ਸੰਗਤਾਂ ਨੂੰ ਉਹਨਾਂ ਨੇ ਗੁਰੂ ਸ਼ਬਦ ਨਾਲ ਜੋੜਿਆ, ਕਿੰਨੇ ਲੱਖਾਂ ਰੁਪਏ ਦਾ ਖਰਚਾ ਆਇਆ ਹੋਵੇਗਾ। ਬੰਗਲਾ ਸਾਹਿਬ ਦਾ ਸੋਨੇ ਦਾ ਦਰਵਾਜ਼ਾ, ਜਿਹਦੇ 'ਚ ਸੰਗਤ ਦੇ ਸੱਜਣ ਨੇ ਵੀ ਬਹੁਤ ਵੱਡਾ ਹਿੱਸਾ ਪਾਇਆ ਸੀ, ਉਹਨਾਂ ਨੇ ਨਾਮ ਲੈਣ ਤੋਂ ਮਨਾ ਕੀਤਾ। ਔਰ ਇਸ ਤੋਂ ਇਲਾਵਾ ਅਸ਼ੋਕਾ ਰੋਡ ਵਾਲਾ ਪਿਛਲਾ ਗੇਟ, ਉਹਦੇ ਉੱਤੇ ਖੰਡਾ ਉੱਤੇ ਸੁਨਹਿਰੀ ਕੰਮ, ਬੰਗਲਾ ਸਾਹਿਬ ਦਾ ਸਾਰਾ ਗਲਿਆਰਾ, ਅੰਮ੍ਰਿਤਸਰ ਦੀ ਸਾਰੀ ਸਰਾਂ ਦੀ ਰੈਨੋਵੇਸ਼ਨ, ਅਤੇ ਜਿੱਥੋਂ ਦੇ ਹਿੱਸਾ ਤੁਸੀਂ ਪ੍ਰਧਾਨ ਹੋ ਨਾ, 125 ਕਰੋੜ ਰੁਪਇਆ ਦੇਸੀ ਘਿਓ ਦਾ ਲੰਗਰ ਉਹਨਾਂ ਨੇ ਸ਼ਤਾਬਦੀ ਦੇ ਉੱਤੇ ਜਾ ਕੇ ਲਾਇਆ ਸੀਗਾ। ਇਸ ਤੋਂ ਇਲਾਵਾ ਥੜਾ ਸਾਹਿਬ ਦੀ ਸੇਵਾ, ਦਰਬਾਰ ਸਾਹਿਬ ਸ਼ਹੀਦੀ ਅਸਥਾਨ 1984 ਦਾ, ਇਹ ਬਾਬਿਆਂ ਦੀ ਕਿਸੇ ਦੀ ਮਿੱਲਾਂ ਨਹੀਂ ਚੱਲਦੀਆਂ, ਇਹ ਬਾਬਿਆਂ ਨੂੰ ਸੰਗਤ ਪੈਸੇ ਦਿੰਦੀ ਹੈ, ਔਰ ਉਹ ਪੈਸੇ ਸੰਗਤ ਜਦੋਂ ਦਿੰਦੀ ਹੈ ਉਹਦੇ ਨਾਲ ਉਹ ਕੰਮ ਕਰਦੇ ਨੇ। ਅਤੇ ਤੁਸੀਂ ਪਿਛਲੀ 6 ਜੂਨ ਨੂੰ, ਮੈਨੂੰ ਯਾਦ ਹੈ ਕਿ ਜਿਹੜਾ ਹੁਣ ਫਿਰ 6 ਜੂਨ ਆਉਣਾ, 6 ਜੂਨ ਨੂੰ ਸੰਤ ਪਿੰਡਰਾਣਿਆਂ ਦੀ ਬਰਸੀ 'ਤੇ ਤੁਸੀਂ ਬੜੇ ਛੋਲੇ ਗਏ ਸੀ ਬਾਬਿਆਂ ਦੇ, ਅੱਜ ਤੁਹਾਨੂੰ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਕਿ ਤੁਸੀਂ ਇਹ ਗੱਲ ਕਹਿਣੀ ਹੈ। ਮੈਂ ਸਮਝਦਾ ਕੋਈ ਮਰਿਆਦਾ, ਕੋਈ ਲਿਹਾਜ਼, ਔਰ ਜੇ ਹਿੱਸਾ ਬਾਰੇ ਮੈਂ ਬੋਲਣਾ ਚਾਹਾਂ ਤਾਂ ਤੁਹਾਨੂੰ ਪਤਾ ਹੀ ਨਹੀਂ ਉਸ ਸ਼ਖਸ ਨੇ ਕੀ ਕੀਤਾ। ਜਦੋਂ ਸੁਖਬੀਰ ਸਿੰਘ ਬਾਦਲ ਮੇਰੇ ਘਰ ਆਉਂਦੇ ਨੇ ਔਰ ਮੈਨੂੰ ਚਾਰਜ ਦਿੰਦੇ ਨੇ, ਮੈਂ ਤੁਹਾਨੂੰ ਅਜੀਬ ਗੱਲ ਦੱਸਾਂ ਕਿ ਜਦੋਂ ਮੈਂ ਅਕਾਲੀ ਦਲ ਦੇ ਦਫ਼ਤਰ 'ਚ ਆਇਆ, ਉੱਥੇ ਕੁਰਸੀਆਂ ਮੇਰੇ ਸ਼ਾਇਦ 2-4 ਮੈਨੂੰ ਮਿਲੇ, ਲੇਕਿਨ ਅੰਦਰ ਡਬਲ ਬੈੱਡ ਲੱਗੇ ਸੀ, ਉਹ ਬੈੱਡ ਕਾਹਦੇ ਵਾਸਤੇ ਸੀਗੇ? ਉਹ ਜਿਹੜੇ ਚੁੱਕ ਕੇ ਉੱਥੋਂ ਦੀ ਮੈਨੂੰ ਸਫਾਈ ਕਰਾਉਣੀ ਪਈ, ਅੰਦਰ ਕਿਹੜੀ ਕਿਹੜੀ ਚੀਜ਼ ਦਾ ਸੇਵਨ ਹੁੰਦਾ ਸੀਗਾ, ਉਹ ਸ਼ਹੀਦੀ ਸਥਾਨ 'ਤੇ ਨਵੇਂ ਪਾਤਸ਼ਾਹ ਦੀ। ਮੈਂ ਸਮਝਦਾ ਇਹਦਾ ਜਵਾਬ ਇਹਨਾਂ ਨੂੰ ਦੇਣਾ ਪਏਗਾ। ਇੱਕ ਇਹਨਾਂ ਨੇ ਕਰੋਲ ਬਾਗ ਦੀ ਪ੍ਰੋਪਰਟੀ ਦੀ ਗੱਲ ਕੀਤੀ ਹੈ ਕਿ ਕਰੋਲ ਬਾਗ ਦੀ ਪ੍ਰੋਪਰਟੀ ਮਨਜੀਤ ਸਿੰਘ ਨੇ ਆਪਣੇ ਨਾਂ ਕਰਾ ਕੇ 140 ਕਰੋੜ ਰੁਪਏ ਦਾ ਚੂਨਾ ਲਗਾ ਦਿੱਤਾ। ਹੁਣ ਕਰੋਲ ਬਾਗ ਦੀ ਪ੍ਰੋਪਰਟੀ ਦੀ ਗੱਲ ਸੁਣ ਲਓ। ਕਰੋਲ ਬਾਗ ਦੀ ਪ੍ਰੋਪਰਟੀ ਇੱਕ ਬਜ਼ੁਰਗ ਮਾਤਾ ਮਹਿਤਾਬ ਕੌਰ 2005 ਵਿਲ ਕਰਦੀ ਹੈ। ਉਹ ਵਿਲ ਕਰਦੀ ਹੈ ਕਿ ਮੈਂ ਆਪਣੀਆਂ ਪ੍ਰੋਪਰਟੀਆਂ ਜਿਹੜੀਆਂ ਮੈਂ ਗੁਰਦੁਆਰੇ ਨੂੰ ਦੇਣਾ ਚਾਹੁੰਦੀ ਹਾਂ, ਕਿਉਂਕਿ ਉਹਨਾਂ ਦੇ ਘਰ ਬੱਚਾ ਨਹੀਂ ਸੀ, ਅਡੋਪਟ ਕੀਤਾ, ਉਹਦਾ ਵਿਆਹ ਹੋਇਆ, ਨੂੰਹ ਪੁੱਤਰ ਨਾਲ ਬਣੀ ਨਹੀਂ, ਅੱਗੋਂ ਪੋਤੇ ਹੋ ਗਏ, ਬੱਚੇ ਹੋ ਗਏ, ਲੇਕਿਨ ਉਹਨਾਂ ਦੀ ਬਣੀ ਨਹੀਂ, ਮਾਤਾ ਆਪਣੀ ਵਿਲ ਕਰਕੇ ਦੇ ਗਈ। ਹੁਣ 2005 'ਚ ਮੈਂ ਤਾਂ ਹੈ ਨਹੀਂ ਗਾ, ਉਹ ਵਿਲ ਕਰਕੇ ਗੁਰਦੁਆਰਾ ਕਮੇਟੀ ਨੂੰ ਦੇ ਗਏ, ਮੇਰੇ ਤੋਂ ਪਹਿਲੇ ਵਾਲੀ ਕਮੇਟੀ ਵੇਲੇ ਦੇ ਗਏ। ਹੁਣ 2013 'ਚ ਉਹਨਾਂ ਦੀ ਡੈਥ ਹੁੰਦੀ ਹੈ,
ਜਦੋਂ ਦੋ ਪ੍ਰੋਪਰਟੀ ਨੰਬਰ ਨੇ T1715 ਦੇਵਨਗਰ ਸਦਰ ਬਾਜ਼ਾਰ ਥਾਣਾ ਰੋਡ 'ਤੇ ਕੁਝ ਦੁਕਾਨਾਂ ਨੇ ਔਰ 17B/19 ਦੇਸ਼ ਬੰਧੂ ਗੁਪਤਾ ਰੋਡ 'ਤੇ ਧਿਆਨ ਨਾਲ ਸੁਣੋ ਗਰੋਲਬਾਗ ਦੀ ਪ੍ਰੋਪਰਟੀ। ਬੜਾ ਵੱਡਾ ਇਲਜ਼ਾਮ ਲਾਇਆ ਕਿ ਮਨਜੀਤ ਸਿੰਘ ਖਾ ਗਿਆ। ਮੈਂ ਜਿਹਦਾ ਖੁਲਾਸਾ ਕਰਨਾ ਚਾਹੁੰਦਾ, ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਬੱਚਿਆਂ ਨੇ ਨੂੰਹ ਨੇ ਕੇਸ ਪਾ ਦਿੱਤਾ ਕਿ ਸਾਨੂੰ ਇਹਦਾ ਕਬਜ਼ਾ ਦਿੱਤਾ ਜਾਵੇ ਕਿਉਂਕਿ ਅਸੀਂ ਗੁਰਦੁਆਰੇ ਦਾ ਸਟਾਫ ਭੇਜ ਕੇ ਉੱਥੇ ਕਬਜ਼ਾ ਲੈ ਲਿਆ ਸੀਗਾ ਡੈਥ ਤੋਂ ਬਾਅਦ। ਕੇਸ ਛੋਟੀ ਕੋਰਟ ਤੋਂ ਹੁੰਦਾ, ਹਾਈ ਕੋਰਟ ਤੋਂ ਹੁੰਦਾ, ਸੁਪਰੀਮ ਕੋਰਟ ਤੱਕ ਗਿਆ ਔਰ ਉਹ ਕੇਸ ਗੁਰਦੁਆਰਾ ਕਮੇਟੀ ਹਾਰੀ। ਸ਼ਾਇਦ ਉਹਨਾਂ ਨੇ ਮੈਨੂੰ ਡਿਟੇਲ ਨਹੀਂ ਪਤਾ ਉਹਦੇ 'ਚ ਇਹ ਪਲੀ ਲਈ ਕਿ ਮੇਰੀ ਜਿਹੜੀ ਪੋਤੇ ਨੇ ਲਈ ਕਿ ਮੇਰੀ ਦਾਦੀ ਆਪਣੇ ਹਿੱਸੇ ਦਾ ਤਾਂ ਜੋ ਮਰਜ਼ੀ ਕਰ ਲੈਂਦੀ ਲੇਕਿਨ ਇਹ ਸਾਡਾ ਹਿੱਸਾ ਕਿੱਦਾਂ ਦੇ ਗਈ। ਅਲਟੀਮੇਟਲੀ ਅਸੀਂ ਸੁਪਰੀਮ ਕੋਰਟ ਤੱਕ ਪਹੁੰਚ ਗਏ ਔਰ ਗੁਰਦੁਆਰਾ ਕਮੇਟੀ 'ਤੇ 52 ਲੱਖ ਰੁਪਏ ਦਾ ਜੁਰਮਾਨਾ ਕੋਰਟ ਨੇ ਲਗਾਇਆ, 52 ਲੱਖ ਰੁਪਏ ਦਾ। ਸਾਨੂੰ 52 ਲੱਖ ਵੀ ਦੇਣਾ ਪੈਣਾ ਸੀਗਾ, ਸਾਨੂੰ ਕੋਰਟ ਦਾ ਖਰਚਾ ਵੀ ਦੇਣਾ ਪੈਣਾ ਸੀ ਔਰ ਪ੍ਰੋਪਰਟੀ ਵੀ ਸਾਡੇ ਹੱਥੋਂ ਗਈ। ਉਸ ਵੇਲੇ ਦਿੱਲੀ ਦੇ ਇੱਕ ਬਹੁਤ ਸੱਜਣ ਪੁਰਸ਼, ਦਿੱਲੀ ਦੇ ਬਹੁਤ ਵੱਡੇ ਇੱਕ ਵਕੀਲ ਸਰ ਅਮਰਜੀਤ ਸਿੰਘ ਚੰਡੋਕ, ਅਸੀਂ ਉਹਨਾਂ ਕੋਲ ਜਾਂਦੇ ਹਾਂ, ਉਹਨਾਂ ਦੇ ਅੱਗੇ ਕੇਸ ਦੀ ਫਾਈਲ ਰੱਖਦੇ ਹਾਂ ਕਿ ਇਹ ਸੁਪਰੀਮ ਕੋਰਟ ਦੇ ਵਿੱਚ ਸਾਨੂੰ ਇਹ ਲੜਨਾ ਪੈਣਾ। ਉਹ ਸਾਰਾ ਕੇਸ ਸਟੱਡੀ ਕਰਨ ਤੋਂ ਬਾਅਦ ਔਰ ਉਹਨਾਂ ਦੀ ਇਹ ਰਾਏ ਸੀਗੀ ਕਿ 52 ਲੱਖ ਵੀ ਦੇਣਾ ਪਏਗਾ, ਇਸ ਤੋਂ ਇਲਾਵਾ ਵੀ ਕੁਛ ਦੇਣਾ ਪਏਗਾ, ਪ੍ਰੋਪਰਟੀ ਵੀ ਸਾਰੀ ਜਾਏਗੀ। ਇਹ ਫੈਸਲਾ ਕਰਦੀ ਹੈ ਚੰਡੋਕ ਸਾਹਿਬ, ਇਹ ਫੈਸਲਾ ਕਰਾਉਂਦੇ ਨੇ, ਇਹ ਉਹਦੀ ਵਿਲ ਹੈ ਮਾਤਾ ਦੀ। ਚੰਡੋਕ ਸਾਹਿਬ ਫੈਸਲਾ ਕਰਾਉਂਦੇ ਨੇ, ਸਾਡਾ 52 ਲੱਖ ਰੁਪਇਆ ਮਾਫ ਹੁੰਦਾ ਔਰ ਸਾਨੂੰ ਵਿੱਚੋਂ 2 ਦੁਕਾਨਾਂ ਗੁਰਦੁਆਰਾ ਕਮੇਟੀ ਨੂੰ ਵੀ ਦਵਾਉਂਦੇ ਨੇ। ਇਹ ਜ਼ਿਆਦਾਤਰ ਪ੍ਰੋਪਰਟੀ ਕਿਰਾਇਆਂ 'ਤੇ ਲੱਗੀ ਹੋਈ ਹੈ ਅਤੇ 140 ਕਰੋੜ ਦੀ ਪ੍ਰੋਪਰਟੀ ਹੈ ਕਿ 1400 ਕਰੋੜ ਦੀ ਪ੍ਰੋਪਰਟੀ ਹੈ। ਮੈਂ ਸਿਰਫ ਇੱਕੋ ਗੱਲ ਕਹਿੰਦਾ, ਤੁਸੀਂ ਮਨਜੀਤ ਸਿੰਘ ਦੇ ਨਾਂ ਦੀ ਰਜਿਸਟਰੀ ਦਿਖਾ ਦਿਓ, ਤੁਸੀਂ ਮਨਜੀਤ ਸਿੰਘ ਦੇ ਨਾਂ ਦੀ ਟ੍ਰਾਂਸਫਰ ਦਿਖਾ ਦਿਓ, ਮੈਂ 125 ਰੁਪਏ ਦਾ ਪ੍ਰਸ਼ਾਦ ਵੀ ਕਰਾਊਂਗਾ ਅਤੇ ਪ੍ਰੋਪਰਟੀ ਵੀ ਵਾਪਸ ਦਿੱਲੀ ਗੁਰਦੁਆਰਾ ਕਮੇਟੀ ਦੇ ਨਾਂ 'ਤੇ ਕਰਾ ਦਿਆਂਗਾ ਜੋ ਮਨਜੀਤ ਸਿੰਘ ਲੈ ਕੇ ਗਿਆ। ਨਾਲੇ ਆ ਜਿਹੜੇ ਅੱਜ ਪ੍ਰਧਾਨ ਨੇ, ਜਨਰਲ ਸੈਕਟਰੀ ਸੀ ਉਸ ਵੇਲੇ, ਇਹ ਉਹਨਾਂ ਦੇ ਸਾਈਨ ਨੇ ਸਰਸਾ ਜੀ ਦੇ। ਇਹ ਜਨਰਲ ਮੈਨੇਜਰ ਨੂੰ ਆਥੋਰਾਈਜ਼ ਕਰ ਰਹੇ ਨੇ ਕਿ ਜਾ ਕੇ ਇਹਦਾ ਫੈਸਲਾ ਵਕੀਲਾਂ ਦੇ ਨਾਲ ਕੀਤਾ ਜਾਵੇ। ਜੇ ਤੁਸੀਂ ਤੁਹਾਡੇ ਦਸਖਤਾਂ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਤੇ ਤੁਸੀਂ ਅੱਜ ਬੋਲਦੇ ਪਏ, ਉਦੋਂ ਕਿਉਂ ਨਹੀਂ ਬੋਲੇ ਮਨਜੀਤ ਸਿੰਘ ਖਾ ਗਿਆ, ਕਿੱਥੇ ਖਾ ਗਿਆ, ਆਥੋਰਾਈਜ਼ ਅਸੀਂ ਕਿਹਨੂੰ ਕਰ ਰਹੇ ਹਾਂ? ਤੁਸੀਂ ਸਿਰਫ ਮਨਜੀਤ ਸਿੰਘ 'ਤੇ ਕਿੱਚੜ ਇਸ ਲਈ ਸੁੱਟ ਰਹੇ ਹੋ ਕਿ ਸ਼ਾਇਦ ਤੁਸੀਂ ਮੈਨੂੰ ਲਗਾਮਾ ਨਹੀਂ ਪਾ ਸਕ ਰਹੇ, ਏਡਾ ਗੱਦ ਬੇਟ 'ਤੇ ਸੁੱਟਣ ਤੋਂ ਬਾਅਦ, ਏਡੇ ਮੁਕੱਦਮੇ ਬੇਟ 'ਤੇ ਕਰਾਉਣ ਤੋਂ ਬਾਅਦ ਤੁਸੀਂ ਨਵੇਂ ਤੋਂ ਨਵੇਂ ਕਾਗਜ਼ ਅੰਦਰੋਂ ਕੱਢਦੇ ਪਏ ਹੋ। ਇੰਤਜ਼ਾਰ ਕਰੋ ਨਾ ਕੋਰਟ ਦੀ, ਜੇ ਮੇਰੇ 'ਤੇ 156-3 ਲੱਗੀ, ਮੈਂ ਤਾਂ ਅਸਤੀਫਾ ਦਿੱਤਾ, ਤੁਹਾਡੇ 'ਤੇ ਲੱਗੀ, ਤੁਸੀਂ ਕਿਉਂ ਨਹੀਂ ਅਸਤੀਫਾ ਦਿੱਤਾ? ਹੁਣ ਤਾਂ ਸਰ ਸੁਖਬੀਰ ਸਿੰਘ ਬਾਦਲ ਅੱਜ ਅਸਤੀਫਾ ਦੇਣ ਨਾ, ਅੱਜ ਤਾਂ SIT ਨੇ ਕਹਿ ਦਿੱਤਾ ਤੁਹਾਨੂੰ। ਮੈਂ ਸਮਝਦਾ ਕਿ ਇਹ ਬਹੁਤ ਵੱਡੀ ਸਾਜਿਸ਼ ਦੇ ਅਧੀਨ ਮੈਨੂੰ ਮਲਾਈਨ ਕਰਨ ਵਾਸਤੇ ਇਹ ਸਾਰੇ ਕੰਮ ਕੀਤੇ ਜਾ ਰਹੇ ਨੇ, ਲੇਕਿਨ ਮੈਂ ਸੰਗਤਾਂ ਨੂੰ ਤੁਹਾਡੇ ਸਾਰੇ ਮੀਡੀਆ ਦੇ ਥਰੂ ਇਹ ਦੱਸ ਸਕਦਾ ਕਿ ਜਿਸ ਦਿਨ ਮੈਨੂੰ ਇਹ ਗੋਲੀ ਮਰਵਾ ਕੇ ਮੇਰੀ ਜ਼ੁਬਾਨ ਬੰਦ ਕਰ ਦੇਣ ਤਾਂ ਕਰ ਦੇਣ, ਲੇਕਿਨ ਬੰਦ ਨਹੀਂ ਹੋਣ ਲੱਗੀ ਇਹਨਾਂ ਦੀ। ਔਰ ਜੇ ਕੋਰਟ ਨੇ ਫੈਸਲਾ ਕਰਤਾ ਮਨਜੀਤ ਸਿੰਘ ਗੁਨਾਹਗਾਰ ਹੈ ਤਾਂ ਜੋ ਬਣਦੀ ਸਜ਼ਾ ਜ਼ਰੂਰ ਲਵੇਗਾ। ਇੱਕ ਕਾਗਜ਼ ਇਹਨਾਂ ਨੇ ਤੁਹਾਨੂੰ ਕੱਲ੍ਹ ਦਿਖਾਇਆ ਕਿ 80 ਲੱਖ ਰੁਪਇਆ ਮਨਜੀਤ ਸਿੰਘ ਦਾ PA ਲੈ ਗਿਆ, ਵਾਊਚਰ ਦਿਖਾਤਾ। ਵਾਊਚਰ 'ਤੇ ਕੋਈ ਖਾਤਾ ਨੰਬਰ ਦਿਖਾ ਦਿਓ, ਕੋਈ ਬਹੀ ਖਾਤਾ ਨੰਬਰ ਦਿਖਾ ਦਿਓ, ਕੋਈ ਲੈਜਰ ਨੰਬਰ ਦਿਖਾ ਦਿਓ। ਮੈਂ ਪੁੱਛਣਾ ਚਾਹੁੰਦਾ ਕਿ ਜੇ 80 ਲੱਖ ਰੁਪਇਆ ਲੈ ਗਿਆ, ਫਿਰ ਉੱਤੇ ਕੇਸ ਕਿਉਂ ਨਹੀਂ ਪਾਇਆ, ਉਸ ਤੋਂ ਰਿਕਵਰੀ ਕਿਉਂ ਨਹੀਂ ਕੀਤੀ? ਤੁਸੀਂ 5/1/19 ਇਸੇ ਸਾਲ ਜੀਵਨ ਸਿੰਘ ਨੂੰ ਚਿੱਠੀ ਲਿਖ ਰਹੇ ਹੋ ਕਿ ਤੁਹਾਡੇ ਕੋਲੋਂ 6,97,000 ਰੁਪਇਆ ਤੁਸੀਂ ਲੋਨ ਲਿਆ ਗੁਰਦੁਆਰਾ ਕਮੇਟੀ ਤੋਂ, ਮਿਹਰਬਾਨੀ ਕਰਕੇ ਇਹ ਲੋਨ ਵਾਪਸ ਜਮ੍ਹਾਂ ਕਰਾਇਆ ਜਾਵੇ। ਜੇ 80 ਲੱਖ ਜੀਵਨ ਸਿੰਘ ਕੋਲ ਹੈਗਾ ਸੀਗਾ ਤਾਂ ਫਿਰ 80 ਲੱਖ ਕਿੱਥੇ ਗਿਆ? ਉਹਦੀ ਚਿੱਠੀ ਕਿਉਂ ਨਹੀਂ ਪਾਈ ਤੁਸੀਂ? ਤੁਸੀਂ ਮੀਡੀਆ ਦੇ ਅੱਗੇ ਆ ਕੇ ਝੂਠੇ ਕਾਗਜ਼ ਬਣਾ ਕੇ ਤੁਸੀਂ ਇਹਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹੋ?
मैं तो तुहाड़े तो सवाल पुछदा जी 80 लाख रुपया लै गया सी तो हाँ फिर मेरे दस्तखत दिखाओ मैं क्या इसनूं 80 लाख रुपया दे दिओ मनजीत सिंह का की लैण देण है जे दित्ता ते भुगत लो मैनूं इह दस्सिया जावे कि 80 लाख जे लै गया सी ते 697 क्यों मंगदे पए हो 80 क्यों नहीं मंगदे पए हाँ मैं तुहानूं दस दिन्ना आ खाता जे नरेंद्र सिंह PA ऑफ श्री प्रधान साहब ये साड़ी कमेटी आती है 2013 दे तीजे महीने च मेरा ख्याल सानू चार्ज मिलता मार्च च एक अद्धा महीना अगे पिछे हो सकता है एक 4/13 तो लैके 26/13 तक ये नोट करियो जी 1/4/13 तो लैके 26/13 तक मतलब 2 महीने हो गए या 2.5 महीने हो गए 2.5 महीनों च 22,76,000 रुपया नरेंद्र सिंह जी लै जाते हैं तुसी तो जिहड़ा रिकॉर्ड दिखाया मैं दिखाओ ना मैं तो लैजर की कॉपी दे रहा तुहानू अगे चलो ये 9वां महीना आ जाता है 11 तरीक 9वां महीना उस साल का 13 का जोड़ा 22 लाख से 26,66,000 हो जाता है इस तो अगे चलो ये 29/3/2014 ये 26 लाख तो वध के 38,21,500 रुपया हो जाता 38 लाख शायद इसे दौरान MLA दी इलेक्शन भी हुई सी मैं कुछ नहीं कहना चाहता मैं रिकॉर्ड तुहाडे सामने लिया रहा हाँ और हुंदे किदां सीगे हेलो एक कल्ले साइना नाल यू आर रिक्वेस्टेड टू गिव हिम एडवांस ऑफ 4 लाख रुपीज हेलो जी कल्ले साइना नाल 4 लाख दे दियो जी सिकंदर साहब दे उस वेले दे आ 6 लाख दे दियो जी 2 लाख दे दियो जी है डेट इसकी कट रही है एक 6 है साल केड़ा हैगा अगले वाले पेज पे 15 एक 6/15 है उसके बाद 14 तो भी बाद एदा दे कई वोचर ने मेरे को एक दिखा रहा मैं तुहानू ये बड़े पाक साख ने मनजीत सिंह चोर है ना कल्याण दस्तखत ते गया अगली गल तुसी अज ना मैं थोड़ा थोड़ा जहा दिखाना तुहानू हले वड्डे तो मगरमच्छ मेरे को पिछे पए है एक बार फिर तकलीफ देंगे फिर उस तो बाद फिर तकलीफ देंगे तुहानू क्योंकि ये सुइयां कित तक जानियां जे मजा तो आऊगा हुण लड़ाई का ये जब तक मनजीत सिंह चुप बैठा सी मनजीत सिंह चुप है मैं चुप इस करके बैठा सी मैं पंथ की नुमाइंदा जमायत खत्म नहीं करना चाहता सीगा मैं नहीं चुप हुण क्योंकि इन्होंने इंतहा करती इन्होंने कौम नूं हरवा के भंगड़े पाते पे ने कौम नूं अज भी गुमराह कर रहे पहले गल्लां मेरी सुन लो सवाल फिर करांगे आप ये 38 लाख रुपया वो दसता मैं तुहानूं डेली पोस्ट एक अकाली दल अखबार कढ़दा 13 च नवे नवे आए कि 14 च आए हर महीने उन्होंने 7 लाख रुपया 8 लाख रुपया 10 लाख रुपया मैं पूछा मैं क्या की कहते जी उत्तों ऑर्डर है मैं बड़ा लड़िया 4वें-5वें महीने शायद मैं लड़ के रोकया तुसी दिल्ली पोस्ट नूं कादा पैसा दे रहे सी केड़िया खबरां दिल्ली पोस्ट या दिल्ली पोस्ट का नाम ही कौन जानता दिल्ली च तुसी मैनूं सवाल करते हो कि उसनूं तुसी इह दे दित्ता मैं तुहानूं सवाल करदा दिल्ली पोस्ट नूं तुसी कादे चैक दित्ते सी मेरे को लो रिकॉर्ड नहीं है इन्हें तो रिकॉर्ड मांग लो मैं RTI ला के ले लांगा ये शुरू शुरू में 13-14 में मेरे पास चेक नहीं है पर मुझे ये पता है कि मोटी पेमेंटें गई हैं 8 लाख 7 लाख 10 लाख ऐसे गई हैं तुसी विधानसभा की इलेक्शन लड़नी है प्रधान साहब
ਤੁਸੀਂ 28 ਲੱਖ ਦੀ ਪਿਕਚਰ ਦਿਖਾ ਦਿੰਦੇ ਹੋ ਆਪਣੇ ਇਲਾਕੇ 'ਚ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ। ਜੇ ਪੁੱਛਿਆ ਤਾਂ ਕਹਿੰਦੇ ਗੁਰੂ ਦਾ ਪ੍ਰਚਾਰ ਕਰ ਰਹੇ ਹਾਂ। ਮੈਨੂੰ ਯਾਦ ਹੈ ਅੱਜ ਤੇ ਇਕੱਠੇ ਬੈਠੇ ਨਾ ਸਾਰੇ, ਮੈਂ ਹੁਣ ਇਹਨਾਂ ਦੇ ਵੀ ਰਾਜ਼ ਖੋਲਦਾ। ਅਵਤਾਰ ਸਿੰਘ ਹਿੱਤ ਪਿੱਟਦਾ ਪਿਆ, ਕਾਲਕਾ ਪਿੱਟਦਾ ਪਿਆ ਜੀ, ਅਸੀਂ ਵੀ ਤਾਂ MLA ਲੜਨਾ, ਉਹਦੇ ਇਲਾਕੇ 'ਚ ਕਿਉਂ ਦਿਖਾਈ ਜਾ ਰਹੀ ਹੈ? ਤੁਸੀਂ 28 ਲੱਖ ਦੀਆਂ ਪਿਕਚਰਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਦਿਖਾਈਆਂ ਆਪਣੇ ਇਲਾਕੇ 'ਚ, ਜਿਸ ਇਲਾਕੇ 'ਚ ਤੁਸੀਂ ਇਲੈਕਸ਼ਨ ਲੜਨੀ ਸੀ। ਇਹ ਗੁਰੂ ਦੀ ਗੋਲਕ ਦਾ ਯੂਜ਼ ਨਹੀਂ, ਜਿਹੜੇ ਕੋਠੇ ਚੜ੍ਹ ਚੜ੍ਹ ਬੋਲਦੇ ਨੇ, ਅਸੀਂ ਤਾਂ ਇਮਾਨਦਾਰ ਆ, ਅਸੀਂ ਤਾਂ 1,000 ਕਰੋੜ ਦੇ ਬੰਦੇ ਹਾਂ। ਤੁਸੀਂ ਕਿੰਨੇ ਕੰਪਿਊਟਰ, ਕਿੰਨਾ ਸਟਾਫ, ਕੀ ਕੁਛ ਨਹੀਂ ਗਿਆ ਹਲੇ, ਉਸ ਗੱਲਾਂ 'ਤੇ ਮੈਂ ਬਾਅਦ 'ਚ ਵੀ ਆਊਂਗਾ। ਪੰਜਾਬ 'ਚ ਵੀ ਕੀ ਕੁਛ ਹੋਇਆ, ਅੱਜ ਨਹੀਂ ਆ ਉਸ ਇਸ਼ੂ। ਹਰਬੀਰ ਸਿੰਘ ਕਾਲਕਾ, ਪਹਿਲੇ ਇਹੀ ਮੈਨੂੰ ਯਾਦ ਹੈ, ਅਸੀਂ ਗੁਰਦੁਆਰਾ ਕਮੇਟੀ ਦੇ ਦਫ਼ਤਰ 'ਚੋਂ ਨਿਕਲੇ, ਸਿਰਸਾ ਸੀ, ਕਾਲਕਾ ਸੀ, ਮੈਂਬਰ ਸੀ, ਹੋਰ ਰਣਜੀਤ ਕੌਰ ਸੀ, ਹਿੱਤ ਸੀ, ਸਿਰਸਾ ਸ਼ੁਰੂ ਹੋ ਗਿਆ। ਤੂੰ 2 ਕਰੋੜ ਰੁਪਏ ਲੈ ਗਿਆ ਹਿੱਤ ਨੂੰ, ਕਹਿੰਦਾ ਤੂੰ ਇੰਸਟੀਚਿਊਟ 'ਚੋਂ ਕੱਢ ਕੇ ਲੈ ਗਿਆ ਆਪਣੇ ਸਕੂਲ 'ਚ ਜਿਹਦੇ 'ਚ 30 ਬੱਚੇ ਪੜ੍ਹਦੇ ਆ, ਤੂੰ 2 ਕਰੋੜ ਰੁਪਏ ਖੁਰਦ ਬੁਰਦ ਕਰ ਦਿੱਤਾ। ਔਰ ਜੋ ਭਾਸ਼ਾ ਯੂਜ਼ ਕੀਤੀ ਦੋਵਾਂ ਦੀ ਆਪਸ 'ਚ, ਮੈਂ ਬਿਆਨ ਨਹੀਂ ਕਰ ਸਕਦਾ, ਇਹਨਾਂ ਦੀ ਆਪਸ 'ਚ। ਹਰਮੀਤ ਸਿੰਘ ਕਾਲਕਾ ਮੈਨੂੰ ਕਹਿੰਦਾ, ਪ੍ਰਧਾਨ ਜੀ GTBIT 'ਚ 80 ਲੱਖ ਦੀਆਂ ਪੌੜੀਆਂ ਬਣੀਆਂ ਨੇ ਅਤੇ 15 ਲੱਖ ਦਾ ਫੁਹਾਰਾ ਹੈ, ਇਹਦੀ ਇਨਕੁਆਇਰੀ ਕੀਤੀ ਜਾਵੇ। ਮੈਂ ਉਹਨੂੰ ਆਰਡਰ ਕਰਦਾ, ਤੂੰ ਜਾ ਉੱਥੇ ਇਮੀਜੀਏਟ ਚਲੇ ਜਾ ਔਰ ਜਾ ਕੇ ਸਾਰੇ ਕਾਗਜ਼ ਲੈ ਕੇ। ਹਰਬੀਰ ਸਿੰਘ ਕਾਲਕਾ ਮੈਨੂੰ ਵਾਪਸ ਆ ਕੇ ਕਹਿੰਦਾ ਜੀ ਉੱਥੋਂ ਫਾਈਲਾਂ ਗਾਇਬ ਨੇ। ਕੱਲ੍ਹ ਹਰਬੀਰ ਸਿੰਘ ਕਾਲਕੇ ਦੇ ਦਾਦੇ ਨੂੰ ਕਹਿੰਦਾ ਹਿੱਤ ਕਿ ਜਸਵੰਤ ਸਿੰਘ ਕਾਲਕਾ ਚੋਰ ਸੀਗਾ, ਮੈਂ ਉਹਦੇ ਖਿਲਾਫ਼ ਵੀ ਕਰਪਸ਼ਨ ਦੀ ਲੜਾਈ ਲੜੀ ਸੀ। ਆ ਇਹਨਾਂ ਦੀ ਏਸੀਆਂ ਦੀ ਲਿਸਟ ਹੈ, ਮੇਰੇ ਤੋਂ ਪਹਿਲੇ ਸ਼ਾਇਦ ਪੁਰਾਣੇ ਪ੍ਰਧਾਨ ਸਾਹਿਬ ਨੇ ਵੀ ਕੱਢੀ ਸੀ ਕਿ ਆਪਣੇ PA ਕੋਲੋਂ ਕਾਹਦੇ ਵਾਸਤੇ ਤੁਹਾਨੂੰ ਏਡੇ AC ਲੈਣੇ ਪੈ ਗਏ। ਸਭ ਤੋਂ ਪਹਿਲਾਂ ਜਦੋਂ ਇਹ ਪ੍ਰਧਾਨ ਸਾਹਿਬ ਦੇ ਇਲਾਕੇ 'ਚ ਜਿੱਥੇ ਇਲੈਕਸ਼ਨ ਲੜਨੀ ਸੀ, ਸਾਊਂਡ ਸਿਸਟਮ ਦੇ ਬਿੱਲ ਪਏ ਹੋਏ ਨੇ, ਇਹ ਸਾਊਂਡ ਸਿਸਟਮ ਦੇ ਬਿੱਲ ਪਏ ਹੋਏ ਨੇ। ਹਾਂਜੀ, ਅਮਾਊਂਟ ਇਹਦੀ ਹੈਗੀ ਹੈ 12,300। ਇਹ ਲਓ ਜੀ, ਇਹ ਡਾਲਰਾਂ ਦੀ ਇਹਨਾਂ ਨੇ ਮੇਰੇ 'ਤੇ ਸ਼ਿਕਾਇਤ ਲਾਈ ਹੈ, ਇਹ ਡਾਲਰਾਂ ਦੀ ਸ਼ਿਕਾਇਤ ਲਾਈ ਹੈ। ਇਹ ਅਵਤਾਰ ਸਿੰਘ ਹਿੱਤ, ਕੁਲਵੰਤ ਸਿੰਘ ਬਾਠ, ਅਰਵਿੰਦਰ ਸਿੰਘ KP, ਇਹ ਅਮਰੀਕਾ ਕੈਨੇਡਾ ਗਏ ਨੇ, ਇਹਨਾਂ ਦੀ ਟਿਕਟਾਂ ਲੈ ਲਓ ਜੀ, ਇਹਨਾਂ ਦੀ ਟਿਕਟਾਂ ਲੈ ਲਓ। ਆਹ ਗੁਰਦੁਆਰਾ ਕਮੇਟੀ 'ਚੋਂ ਪੇਮੈਂਟਾਂ ਹੋਈਆਂ ਨੇ, ਇਹ ਟੋਟਲ ਇਹਨਾਂ ਦਾ ਖਰਚਾ ਹੈਗਾ ਜੀ ਸਾਰਾ 11 ਲੱਖ ਦਾ, ਵਿੱਚੇ ਕੋਈ ਹੋਟਲ ਨੇ, ਵਿੱਚੇ ਕੁਛ ਹੋਰ ਨੇ। ਇਹ ਉਹੀ ਚੀਜ਼ ਹੈ ਜੀ, ਉਹੀ ਚੀਜ਼ ਹੈ, ਉਹੀ ਚੀਜ਼ ਹੈ। KP ਹੈ, ਬਾਠ ਹੈ, ਸਰਸਾ ਸਾਹਿਬ ਦਾ ਇਹਦੇ 'ਚ ਨਹੀਂ ਹੈਗਾ, ਉਹਨਾਂ ਦਾ ਉਹਨਾਂ ਨੇ ਉਹ ਇਹ ਟਿਕਟ ਨਹੀਂ ਲਈ ਸੀ ਨਾ ਮੈਂ ਲਈ ਸੀਗੀ, ਇਹਨਾਂ ਦੀ ਟਿਕਟਾਂ ਹੈਗੀਆਂ ਨੇ। ਪਹਿਲਾ ਕਾਗਜ਼ ਮੇਰਾ 1 ਮਿੰਟ ਜੀ, ਮੈਨੂੰ ਕੰਪਲੀਟ ਕਰ ਦਿਓ। ਇਹ ਲਲਿਤ ਰਾਕੇਸ਼ ਐਂਡ ਐਸੋਸੀਏਟ, ਇਹ ਹਿੱਤ ਸਾਹਿਬ ਦੇ ਇੰਸਟੀਚਿਊਟ ਦੀ ਆਡਿਟ ਰਿਪੋਰਟ ਹੈ, ਜਿਸ ਨੂੰ ਮੈਂ ਹਰਮੀਤ ਸਿੰਘ ਕਾਲਕੇ ਨੂੰ ਕਿਹਾ ਸੀ ਜਾ ਕੇ ਇਹਦੀ ਇਨਕੁਆਇਰੀ ਕਰ। ਇਸ ਆਡਿਟ ਰਿਪੋਰਟ ਦੇ ਵਿੱਚ ਇਹ ਹਰੀਨਗਰ ਨੂੰ 2 ਕਰੋੜ ਉੱਥੋਂ ਟਰਾਂਸਫਰ ਹੁੰਦਾ, 1,95,00,000 ਰੁਪਇਆ ਹਰੀਨਗਰ 'ਚੋਂ ਸਕੂਲ ਨੂੰ, ਜਿਹੜੇ ਸਕੂਲ 'ਚ 30 ਬੱਚੇ ਪੜ੍ਹਦੇ ਆ, ਉਹਦੇ ਵਿੱਚੋਂ ਇਹ ਆਡਿਟ ਰਿਪੋਰਟ ਹੈ 20 ਲੱਖ ਦੀ FD ਹਿੱਤ ਸਾਹਿਬ ਆਪਣੇ ਪਰਿਵਾਰ ਦੇ ਨਾਂ ਕਰਾਉਂਦੇ ਨੇ, ਜਿਹੜੀ 2016 'ਚ ਵੀ ਹੈ ਅਤੇ 2017 'ਚ ਵੀ ਹੈ। ਅਗਲਾ ਕਾਗਜ਼ ਮੇਰੇ ਕੋਲ ਹੈ ਨਹੀਂ ਗਾ। ਇਹ 1,95,00,000 ਇਹਨਾਂ ਨੇ ਟ੍ਰਾਂਸਫਰ ਕੀਤਾ ਜੀ
ਹਰੀਨਗਰ ਰਜੌਰੀ ਗਾਰਡਨ ਨੂੰ 30/6/16 ਨੂੰ 31/6/16 ਨੂੰ ਹਾਂਜੀ ਇਹ ਮਾਲਕ ਨੇ ਉੱਥੇ ਹਰੀਨਗਰ ਦੇ ਸਾਨੂੰ ਨਹੀਂ ਪੁੱਛਣ ਦੀ ਲੋੜ ਉੱਥੇ ਚੇਅਰਮੈਨ ਅਤੇ ਸਕੱਤਰ ਜੋ ਮਰਜ਼ੀ ਮਤਲਬ ਟ੍ਰੇਜਰ ਜੋ ਮਰਜ਼ੀ ਕਰ ਸਕਦੇ ਨੇ ਇਹਨਾਂ ਨੇ ਪੈਸਾ ਉੱਥੋਂ ਟ੍ਰਾਂਸਫਰ ਕੀਤਾ ਸਾਨੂੰ ਨਹੀਂ ਕੋਈ ਇਹਦਾ ਪਤਾ ਸਾਨੂੰ ਤਾਂ ਬਾਅਦ 'ਚ ਪਤਾ ਲੱਗਦਾ ਸਾਨੂੰ ਤਾਂ ਅਸੀਂ ਇਹ ਕਾਗਜ਼ ਅਸੀਂ ਮੰਗਦੇ ਹਾਂ ਕਾਗਜ਼ 'ਚ ਨਹੀਂ ਮਿਲਦੇ ਤੁਸੀਂ ਆਪਣੇ ਪਰਿਵਾਰ ਦੇ ਨਾਂ 'ਤੇ ਇਹ ਹਰੀਨਗਰ ਦਾ ਸਕੂਲ ਜਿਹੜੀ ਗੁਰਦੁਆਰਾ ਕਮੇਟੀ ਦੀ ਪ੍ਰੋਪਰਟੀ ਸੀ ਹਿੱਤ ਸਾਹਿਬ ਤੁਸੀਂ ਆਪਣੇ ਨਾਂ 'ਤੇ ਕਿੱਦਾਂ ਕਰਾ ਲਿਆ ਸੀ ਅਕਾਲ ਤਖ਼ਤ ਤੋਂ ਕਿਉਂ ਤੁਹਾਨੂੰ ਘਸੀਟਿਆ ਗਿਆ ਸਕੂਲ ਵਾਪਸ ਆਇਆ ਜਥੇਦਾਰ ਸੰਤੋਖ ਸਿੰਘ ਦੀਆਂ ਮੈਂ 50 ਜ਼ਮੀਨਾਂ ਦਿਖਾ ਦਿੰਦਾ ਵਾਂ ਕੋਈ ਮੈਨੂੰ ਅੱਜ ਇੱਕ ਪੁਰਾਣਾ ਕਿਲਾ ਰੋਡ ਇੰਡੀਆ ਗੇਟ ਖਰੀਦ ਕੇ ਦਿਖਾ ਦੇਵੇ 5,000 ਕਰੋੜ 'ਚ ਉਹਦੀ ਪਰਚੀ ਉਹ ਮਨਜੀਤ ਸਿੰਘ ਦੇ ਨਾਂ 'ਤੇ ਹਰਜੀਤ ਸਿੰਘ ਦੇ ਨਾਂ 'ਤੇ ਤੇਜਿੰਦਰ ਸਿੰਘ ਦੇ ਨਾਂ 'ਤੇ ਲੈ ਸਕਦਾ ਸੀਗਾ ਉਹ ਯੂਨੀਵਰਸਿਟੀ 'ਚ ਕਾਲਜ ਦੀ ਪਰਚੀ ਆਪਣੇ ਪੁੱਤਰ ਦੇ ਨਾਂ ਕਟਾ ਸਕਦਾ ਸੀਗਾ ਆਹ ਤੁਸੀਂ ਕੀ ਕੀਤਾ ਅਕਾਲ ਤਖ਼ਤ ਤੋਂ ਤੁਹਾਨੂੰ ਘਸੀਟ ਕੇ ਮੈਂ ਧੰਨਵਾਦੀ ਹਾਂ ਜਥੇਦਾਰ ਭਾਈ ਰਣਜੀਤ ਸਿੰਘ ਸਿੰਘ ਸਾਹਿਬ ਜਿਨ੍ਹਾਂ ਨੇ ਦਮ ਰੱਖਿਆ ਕਿੱਡਾ ਵੱਡਾ ਪ੍ਰੈਸ਼ਰ ਉਦੋਂ ਮੈਨੂੰ ਯਾਦ ਹੈ ਤੁਸੀਂ ਬਾਦਲ ਸਾਹਿਬ ਦਾ ਪਵਾਇਆ ਲੇਕਿਨ ਭਾਈ ਰਣਜੀਤ ਸਿੰਘ ਨੇ ਸੁਣਿਆ ਨਹੀਂ ਔਰ ਇਹ ਸਕੂਲ ਸਾਰਾ ਵਾਪਸ ਆਇਆ ਇਹ ਮਨੋਰਟੀ ਕਮਿਸ਼ਨ ਨੇ ਤੁਹਾਨੂੰ ਨੋਟਿਸ ਦਿੱਤਾ ਹੈ 2 ਕਰੋੜ ਦੇ ਉੱਤੇ ਦਿੱਲੀ ਦੇ ਮਨੋਰਟੀ ਕਮਿਸ਼ਨ ਨੇ ਤੁਸੀਂ ਉਹਦਾ ਜਵਾਬ ਨਹੀਂ ਦੇ ਰਹੇ ਇਹ ਰਣਜੀਤ ਕੌਰ ਉੱਥੇ ਬੱਚੇ ਜਿਹੜੀ ਅਸੀਂ ਸਕੀਮਾਂ ਚਲਾਈਆਂ ਜਿਹੜੀਆਂ ਅਸੀਂ 70-70 ਕਰੋੜ ਰੁਪਏ ਸਾਲ ਤੱਕ ਅਸੀਂ ਮਿਨੋਰਟੀ ਦੇ ਪੈਸੇ ਦਵਾਏ ਉਹਨਾਂ ਕੋਲੋਂ 100-100 ਰੁਪਏ ਇਕੱਠਾ ਕਰਦੀ ਰਹੀ ਜਿਹਦਾ ਕੋਈ ਖਾਤਾ ਨਹੀਂ ਔਰ 50 ਲੱਖ ਦੇ ਕਰੀਬ ਇਹ ਅਮਾਊਂਟ ਬਣਦਾ ਕੋਈ ਜਵਾਬ ਨਹੀਂ ਇਹਦਾ ਵੀ ਨੋਟਿਸ ਇਹਨਾਂ ਨੂੰ ਗਿਆ ਹੋਇਆ ਇਹ ਮੈਂ ਵੈਰੀਫਾਈਡ ਚੀਜ਼ਾਂ ਦੇ ਰਹਾ ਹੂੰ ਆਪਕੋ ਮੈਂ ਗੁਰਦੁਆਰਾ ਕਮੇਟੀ ਕੀ ਦੇ ਰਹਾ ਹੂੰ ਜਾਂ ਮੈਂ ਦੇ ਰਹਾ ਹੂੰ ਜੋ ਆਡਿਟ ਰਿਪੋਰਟ ਹੈ ਮੈਂ ਕੋਈ ਐਸੀ ਚੀਜ਼ ਨਹੀਂ ਮਾਰ ਰਿਹਾ ਜੋ ਹਵਾ ਮੈਂ ਹੋ ਮੈਂ ਤੱਥੋਂ ਕੇ ਸਾਥ ਦੇ ਰਹਾ ਹੂੰ ਖਾਤੋਂ ਕੇ ਸਾਥ ਦੇ ਰਹਾ ਹੂੰ ਕੌਣ ਸੇ ਵੈਰੀਫਾਈ ਕਰਾਨੇ ਮੈਨੇ ਵੈਰੀਫਾਈ ਕਿਆ ਕਰਾਨੇ ਮੈਂ ਜਬ ਵੈਰੀਫਾਈ ਆਪ ਕਰਾ ਲੀਜੀਏ ਜਾ ਕੇ ਵੈਰੀਫਾਈਡ ਆਰਗੇਨਾਈਜੇਸ਼ਨ ਮੈਂ ਵੈਰੀਫਾਈ ਆਪ ਕਰਾਏ ਮੈਂ ਤੋ ਆਪਕੋ ਆਪਕੋ ਉਨਕੇ ਰਿਕਾਰਡ ਕੇ ਕਾਗਜ਼ ਦੇ ਰਹਾ ਹੂੰ ਇਹ ਦੇਖੋ ਜੀ ਗੁਰਦੁਆਰਾ ਰਕਾਬਗੰਜ ਸਾਹਿਬ 'ਚ ਇੱਕ ਰੇਪ ਦਾ ਕੇਸ ਹੁੰਦਾ 3 ਵਾਰੀ ਕਮਰਾ ਦਿੱਤਾ ਜਾਂਦਾ ਸੰਜੀਵ ਕੁਮਾਰ ਪੰਜਾਬੀ ਔਰ ਕਮਰਾ ਕੌਣ ਦਵਾਉਂਦੇ ਨੇ ਅੱਜ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਸਾਹਿਬ ਬੀਬਾ ਜੀ ਔਰ ਬੀਬਾ ਜੀ ਉਸੇ ਦੀ ਸੰਸਥਾ ਦੇ ਪ੍ਰਧਾਨ ਬਣਦੇ ਨੇ ਇੱਥੋਂ ਦੇ ਇਹ ਬੰਦਾ ਹੈਗਾ ਜਿਹੜਾ ਤਿਹਾੜ ਜੇਲ੍ਹ 'ਚ ਹੈ ਇਹ ਬੀਬਾ ਜੀ ਦੀ ਆਪਣੀ ਫੇਸਬੁੱਕ 'ਤੇ ਪੋਸਟਰ ਪਾਇਆ ਸੀ ਇਹ ਫੇਸਬੁੱਕ 'ਤੇ ਪਾਇਆ ਸੀ ਬਈ ਜੀ ਮੈਂ ਸਮਝਦਾ ਵਾਂ ਮੇਰੇ ਕੋਲ ਬੜਾ ਕੁਛ ਹੈ ਲਿਖਿਆ ਇਹਨੂੰ ਮੇਰਾ 31 ਤਰੀਕ ਤੋਂ ਪਹਿਲੇ ਮੈਂ ਚਾਹੁੰਦਾ ਸੀਗਾ ਕਿ ਜਦ ਤੱਕ ਮਨਜੀਤ ਸਿੰਘ ਬੋਲੇਗਾ ਨਾ ਤਾਂ ਸਮਝਣਗੇ ਕਿ ਮਨਜੀਤ ਸਿੰਘ 'ਤੇ ਹੋਇਆ ਜਿਹੜਾ ਸਵਾਲ ਤੁਸੀਂ ਅੱਜ ਪੁੱਛਿਆ ਨਾ ਇਹ ਤੁਸੀਂ ਮੈਨੂੰ ਉਦੋਂ ਵੀ ਪੁੱਛਣਾ ਸੀ 8 ਮਹੀਨੇ ਪਹਿਲੇ ਅਸੀਂ ਮੈਂ ਨਾਲ ਨਹੀਂ ਰੱਖਿਆ ਉਹ ਉਹਨੂੰ ਉਹਨੂੰ ਮੈਂ ਨਾਲ ਨਹੀਂ ਰੱਖਿਆ ਉਸਨੂੰ ਪਾਰਟੀ ਨੇ ਰੱਖਿਆ ਮੈਂ ਉਸਨੂੰ ਕਿਸੇ ਜਗ੍ਹਾ 'ਤੇ ਨਾਲ ਨਹੀਂ ਰੱਖਿਆ ਉਹਨਾਂ ਉਹਨੂੰ ਲਾ ਕੇ ਤਾਂ ਮੈਨੂੰ ਪ੍ਰਧਾਨ ਬਣਾਇਆ ਲੁਬਾਣੇ ਨੂੰ ਟਿਕਟ ਮੈਂ ਨਹੀਂ ਦਿੱਤੀ ਨਾ ਟਿਕਟ ਮੈਂ ਦੇਣ ਵਾਲਾ ਹੁੰਦਾ ਟਿਕਟ ਦਿੰਦੇ ਨੇ ਸਾਹਿਬ ਸੁਖਬੀਰ ਸਿੰਘ ਬਾਦਲ ਉਹ ਜਵਾਬ ਦੇਣਗੇ ਹਰੇਕ ਚੀਜ਼ ਦਾ ਨਹੀਂ ਮੈਂ ਮੇਰੀ ਤਾਂ ਜਵਾਬਦੇਹੀ ਹੈ ਮੈਂ ਬਚਦਾ ਕਿੱਥੇ ਹਾਂ ਮੇਰੀ ਜਵਾਬਦੇਹੀ ਤਾਂ ਹੈ ਮੈਂ ਤਾਂ ਅੱਜ ਆਪ ਦੱਸ ਰਿਹਾ ਮੈਂ ਇਸ ਕਰਕੇ ਨਹੀਂ ਬੋਲਦਾ ਸੀ ਲੋਕਾਂ ਨੇ ਕਹਿਣਾ ਇਸ 'ਤੇ ਇਲਜ਼ਾਮ ਲੱਗੇ ਨੇ ਅਤੇ ਬੋਲਦਾ ਮੈਂ ਚੁੱਪ ਰਿਹਾ ਇਹ ਗੱਲਾਂ ਮੈਂ ਇਹਨਾਂ ਨੂੰ ਪੁੱਛਦਾ ਤੁਸੀਂ ਮੇਰੇ 'ਤੇ ਐਕਸ਼ਨ ਲੈ ਰਹੇ ਹੋ ਤੁਸੀਂ ਮੇਰੇ 'ਤੇ ਐਕਸ਼ਨ ਲੈ ਰਹੇ ਹੋ ਜਦੋਂ ਪੰਜਾਬ ਦੇ ਡੱਬੇ ਬੰਦ ਹੋ ਚੁੱਕੇ ਰਿਜ਼ਲਟ ਆ ਚੁੱਕੇ ਤੁਸੀਂ ਪਹਿਲੇ ਕਿਉਂ ਨਹੀਂ ਲੈ ਲੈਂਦੇ ਹੈਂ ਤੁਸੀਂ ਕੋਰ ਕਮੇਟੀ ਝੂਠੇ ਕਾਗਜ਼ ਦਿਖਾ ਦਿੰਦੇ ਹੋ ਤੁਸੀਂ ਕੋਰ ਕਮੇਟੀ ਦੇ ਬੰਦਿਆਂ ਨੂੰ ਪਤਾ ਹੀ ਨਹੀਂ ਕਿ ਕੀ ਫੈਸਲਾ ਕੀ ਨਹੀਂ ਪਹਿਲੇ ਟਾਈਪ ਹੋ ਕੇ ਆ ਜਾਂਦਾ ਮੈਂ ਸਮਝਦਾ ਵਾਂ ਇਹੋ ਜਿਹੇ ਬੰਦੇ ਜਿਨ੍ਹਾਂ ਦਾ ਇਹ ਕਿਰਦਾਰ ਹੈ ਔਰ ਚਾਹੁੰਦਾ ਨਹੀਂ ਸੀਗਾ ਮੈਂ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਇਮੇਜ ਨੂੰ ਧੱਕਾ ਲੱਗੇ ਮੈਂ ਬੜਾ ਚਿਰ ਹੌਸਲਾ ਰੱਖਿਆ ਬੜਾ ਚਿਰ ਆਪਣੇ ਕੋਲ ਚੁੱਪ ਕਰਕੇ ਰੱਖਿਆ ਹਲੇ ਵੀ ਮੇਰੇ ਕੋਲ ਐਸੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਦੀਆਂ ਚੂਲਾਂ ਹਿਲਾਣਗੀਆਂ ਔਰ ਮੇਰਾ ਉਹ ਫੈਸਲਾ ਅਡਿੱਗ ਹੈ ਕਿ ਜਾਂ ਧਰਮ ਦੀ ਰਾਜਨੀਤੀ ਹੋਣੀ ਚਾਹੀਦੀ ਹੈ
या एमएलए एमपी दी इलेक्शन होनी चाहिए जेडियां पार्टियां एमपी एमएलए दी इलेक्शन लड़न उन्हां दा कोई काम नहीं हैगा कि वह गुरद्वारा कमेटी दी आके इलेक्शन लड़न। मैं एक बार फिर रिपीट करदा अज तुहानू पंथ ने पासा वट लिया तुहाडे कोलों अज पंथ ने पासा तुहाडे कोलों वट लिया अज तुहाडा कोई राइट नहीं कि तुसीं एसजीपीसी च रहो ते तुसीं दिल्ली कमेटी च रहो। मैं समझदा वा अकाली दल का एको संविधान है मीरी पीरी का संविधान यह सी कि धर्म जेड़ा है उपर रह के सियासत नू थले रखेगा इत्थे सियासत ने धर्म ते गलवकड़ी पा ली है। इदां दियोल साहब इस वारी इलेक्शन दे विच सानू सिंबल नहीं मिलना सी असी बड़ी मुश्किल नाल सुखबीर सिंह बादल ने गोलमोल जिहा इक एफीडेविट दिता जिहदे करके असी इलेक्शन लड़ पाए 2017 की नहीं तो साडी मानता रद्द सी। वह कोर्ट दे विच केस है और वह केस किसे वेले भी जिस दिन उहदा कोई फैसला आ गया यह अकाली दल लई बड़ी दिक्कत होगी। ये सौ करोड़ के खर्चे नहीं गए। हाँ एक गल दसवा विरोधी धिर जिहड़ा 100 करोड़ छोड़ के आई ना उहदे मुकाबले असी 170 करोड़ रुपए की स्कूल असी 110 करोड़ रुपए की स्कूलों से सिर्फ पेमेंट की है शताब्दियां बनाणियां ਇਹ ਕੱਲ੍ਹ ਨੂੰ ਕਈ ਆ ਰਿਹਾ ਸੀ ਜੀ ਕਿ 500 ਕਰੋੜ ਦਾ ਘਪਲਾ ਹੋ ਗਿਆ 400 ਕਰੋੜ ਦਾ ਘਪਲਾ ਹੋ ਗਿਆ ਇਹ ਵੀ ਸੁਣ ਲਓ ਗੁਰਦੁਆਰਾ ਕਮੇਟੀ ਦਾ ਬਜਟ ਜਿਸ ਦਿਨ ਮੈਂ ਲਿਆ ਸੀ 63 ਕਰੋੜ ਰੁਪਇਆ ਸੀ ਮੈਂ ਗੁਰਦੁਆਰਾ ਕਮੇਟੀ ਦੀ ਗੱਲ ਕਰ ਰਿਹਾ ਜਿਸ ਦਿਨ ਮੈਂ ਛੱਡ ਕੇ ਆਇਆ 120 ਕਰੋੜ ਸੀ ਜੇ ਮੈਂ ਐਵਰੇਜ ਲਾ ਦੇਵਾਂ ਤਾਂ 6 ਸਾਲਾਂ ਦਾ ਸਮਝ ਲਓ 600 ਕਰੋੜ ਰੁਪਇਆ ਹੋਣਾ ਚਾਹੀਦਾ ਅਤੇ ਹਰ ਸਾਲ 2-4-5 ਕਰੋੜ ਤੋਂ ਉੱਤੇ ਨਹੀਂ ਬਚਦਾ ਗੁਰਦੁਆਰਾ ਕਮੇਟੀ ਨੂੰ ਸਾਡੇ ਖਰਚੇ ਇੰਨੇ ਨੇ ਅਤੇ ਜੇ 500 ਕਰੋੜ ਦਾ ਘਪਲਾ ਹੋ ਗਿਆ ਤਾਂ ਫਿਰ ਗੁਰਦੁਆਰਾ ਕਮੇਟੀ ਚੱਲੀ ਕਿੱਦਾਂ ਤਨਖਾਹਾਂ ਦਿੱਤੀਆਂ ਕਿੰਨੇ ਲੰਗਰ ਕਿੱਥੋਂ ਚੱਲੇ ਰਾਗੀਆਂ ਦੀ ਪੇਮੈਂਟ ਸ਼ਤਾਬਦੀਆਂ ਤਨਖਾਹਾਂ ਸਕੂਲਾਂ ਦੀਆਂ ਸਿਕਸ ਪੇ ਕਮਿਸ਼ਨ ਕਿੱਥੋਂ ਗਏ ਮੈਂ ਕਹਾਂ ਇਹੋ ਜਿਹੀ ਅਫਵਾਹਾਂ ਨਾ ਫੈਲਾਈਆਂ ਜਾਣ चोरी 1 रुपए की होवे भावे 100 करोड़ की हो चोरी चोरी है और जिस जगह ते पैसे लगे ने यह नहीं लगने चाहिए सी इस सियासत च वरते इन्ना नहीं जिन्ना तुसी कहंदे हो 50 करोड़ 100 करोड़ यह कोई फिगर नहीं हैगी मनजीत सिंह ने पार्टी की पॉलिसी नहीं तय की मनजीत सिंह ने अपनी पॉलिसी तय की है मनजीत सिंह आप कोई पावर इलेक्शन नहीं लड़िया मेरे को घर तुर के सार सुखबीर सिंह बादल सार श्री अरुण जेटली विजय कुमार मल्होत्रा अज की डेट च तीनों बैठे ने घर आके बैठ गया कि तू भावें ग्रेटर क्लास तो एमएलए लड़ लै भावें कालका जी तो लड़ लै मैं मना किया बिल्कुल नहीं लड़ांगा पिछली इलेक्शन भी आए उस तो पिछली इलेक्शन भी ऑन रिकॉर्ड कह रहा वा मैं फैसला किया हाँ जिस दिन मैं कोई एमएलए एमपी की इलेक्शन लड़ांगा उदन धर्म की राजनीति तो सत श्री अकाल मैं उत्थे इसलिए गया वा कि सार हरदीप सिंह पुरी मेरे मित्र ने नंबर 1 इस तो इलावा दिल्ली च मैं गौतम गंभीर का किया इस तो इलावा मैं हंसराज हंस का किया ना मेरे अगली गलते आ रहा तुहाडा जवाब देंगा जो तुसी पुछा उहदा जवाब देंगा जो बीजेपी ने साडे वास्ते किया सीगा क्योंकि गाला जिन्नी मर्जी कढ लईए किसी नूं असीं भी कढदे आ लेकिन जो काम असी बीजेपी को लैके गए हाँ ब्लैकलिस्ट कदी माफ होई सी कदी लांघे दा आपां सोच सकदे सीगे कदी असी 1984 की एस आई टी च बंदे अंदर दिते जा सकते सी उह सोच सकते सी अज भी जिस वेले तुहाडे कोल बैठे अज सुप्रीम कोर्ट च डेट सीगी अज 7 बंदे होर छुट जाणे सीगे लेकिन किसे नूं नहीं पता
कि दो दिन दे विच असी की कुछ कीता होएगा जेड़े बंदे आज नहीं छुट सके नहीं ते जेड़ा चीफ जस्टिस ऑफ इंडिया उसने तीन महीने पहले डेट लगवा ली कि बंदियां नू मैं छड़ना है लेकिन आज जो बंदे नहीं छुटे उदी डेट भाई जुलाई दी और सरकार ने वायदा कीता है मैं जदों राजनाथ सिंह नू मिलन गया मेरे नाल कुलदीप सिंह भोगल सीगा मेरे नाल गगन सतबीर सिंह पप्पू सीगा जदों मैं उत्थे गया राजनाथ दी 6 तरीक नू वोटां सीगियां इसे महीने और 4 तारीक नूं लास्ट डे सीगा जिस दिन उहदा प्रचार बंद होना सी उस शख्स ने उसे वेले मेरा मेमोरेंडो फड़िया और हिंदुस्तान दे होम सैकटरी नूं फोन कर दिता कि जो ये कहते हैं वैसा कर दो ये बंदे छूटने नहीं चाहिए अज रिवीजन पटीशन तैयार हो रही है अगले हफ्ते देखना रिवीजन पटीशन पै रही है ये मेरे वास्ते कीता ते मैं उन्हां वास्ते जावांगा बिल्कुल लेकिन लेकिन कदी भी तुसीं मन्नू कभी बीजेपी का पटा गल च पा के एज ए प्रेजिडेंट मनु देखा किसी की जगह जाते ये कभी भी सानू कांग्रेस ने नहीं दसिया 400 कुछ की लिस्ट दसते एक मिनट वीर जी मैं जवाब दे रहा ना 400 कुछ की लिस्ट दसते सके वह बंदे अपनी उम्र के हिसाब न चले गए खुरदपुर हो गए हूँ 200 कुछ रह गए थे अज की डेट सिर्फ 15 या 20 बंदे उन्होंने को ब्लैक लिस्ट है बाकी सारे खत्म कर दिते गए ने उन्होंने लिस्ट उन्होंने बड़े बंदियां नूं वीजे दे दिते दूजी मेरा मैं तुहानू सवाल का जवाब दे रहा मेरे को लिस्ट ए सरकार को हुंदी है और सरकार ने सुनो एक मिनट सर हुण वेदा जवाब ले लो मैं हाई कोर्ट च केस पाया सीगा इसे केस लई सुप्रीम इनू खत्म करन वास्ते सरकार ने सील्ड लिस्ट हाई कोर्ट च दित्ती हुई है मेरे केस दे उत्ते लेकिन साडे कोल नहीं है सरकार दी अपनी पॉलिसी होएगी कोई ना कोई लेकिन अगली गल जिहड़े वीजे अंबेसिया दे विच रोक लए जांदे सीगे ओह वीजे भी उन्होंने रिलीज़ करते कि अज तो बाद इस करके नहीं रोक लेना कहने पोलीटिकल असाइलम लिया अपने यारा नूं पुछ लो अपने मित्रां नूं पुछो अपने रिश्तेदार नूं पुछो ना बाहर पता लग जांदा है ਉਹ ਮੇਰੇ ਕੋਲ ਕਾਗਜ਼ ਸਾਹਮਣੇ ਆ ਜਾਵੇ ਐਸ ਵਾਈ ਤੇ ਜੋ ਖਰਚਾ ਹੋਇਆ ਉਹ ਵੀ ਦੱਸ ਦਿਆਂ ਅੱਛਾ ਨਾ ਤੁਸੀਂ ਬਾਕੀ ਸਾਰੇ ਇਲਜ਼ਾਮਾਂ ਦੇ ਦੱਸਤਾ ਉਹਨਾਂ ਨੇ ਇੱਕ ਵੱਡਾ ਇਲਜ਼ਾਮ ਇਹ ਵੀ ਲਾਇਆ ਕਿ ਗੋਲਕਾਂ ਦਾ ਪੈਸਾ ਵੀ ਤੁਸੀਂ ਇਧਰ ਉਧਰ ਕਰ ਰਹੇ ਹੋ ਤੇ ਤੁਹਾਡਾ ਕੀ ਟੇਕ ਮੈਂ ਸਮਝਦਾ ਵਾਂ ਜਦੋਂ ਗੋਲਕ ਖੁੱਲਦੀ ਉਹਦੀ ਕਮੇਟੀ ਹੁੰਦੀ ਹੈ ਗੋਲਕ ਖੁੱਲ ਕੇ ਉਸੇ ਵੇਲੇ ਪਰਚੀ ਬਣੀ ਜਾਂਦੀ ਹੈ ਇਹ ਤੇ ਸਾਰੇ ਇਲਜ਼ਾਮ ਹਵਾ ਚ ਲਾ ਰਹੇ ਨਾ ਇਹਨਾਂ ਨੇ ਕੱਲ ਇਹ ਵੀ ਕਹਿਤਾ ਕਿ ਕੱਲ ਜਿਹੜੀ 40 ਲੱਖ ਦੀ ਗੋਲਕ ਸੀ ਉਹਦੀ 80 ਲੱਖ ਰੁਪਇਆ ਹੋ ਗਈ ਸਾਡੇ ਵੇਲੇ ਮੈਂ ਸਾਰੀ ਗੱਲ ਛੱਡੀ ਮੈਨੂੰ ਸਬੂਤ ਦੇ ਦੇਣ ਇਹਦਾ ਸਬੂਤ ਦੇ ਦੇਣ ਮੈਂ ਤੁਹਾਨੂੰ ਕਹਿ ਰਿਹਾ ਇੱਕ ਮਿੰਟ ਮੈਂ ਤੁਹਾਨੂੰ ਕਹਿ ਰਿਹਾ ਕਿ ਜਿਸ ਦਿਨ ਮੈਂ ਆਇਆ ਵਾਂ 2013 ਦੇ ਵਿੱਚ 65 ਕਰੋੜ ਬਜਟ ਸੀ ਗੁਰਦੁਆਰਾ ਕਮੇਟੀ ਦਾ ਔਰ ਉਹ ਬਜਟ ਇਨਕਰੀਜ਼ ਹੋ ਕੇ 65 ਕਰੋੜ ਤੋਂ 6 ਸਾਲਾਂ ਦੇ ਵਿੱਚ 120-128 ਕਰੋੜ 'ਤੇ ਗਿਆ ਅਤੇ ਜੇ ਗੋਲਕ ਵਿੱਚੋਂ ਜਾ ਰਹੀ ਸੀ ਤਾਂ ਫਿਰ 128 ਕਰੋੜ 'ਤੇ ਕਿੱਥੇ ਚਲੇ ਗਿਆ ਫਿਰ ਤਾਂ 65 ਦੀ ਬਜਾਏ 65 ਰਹਿੰਦਾ ਜਾਂ 60 ਰਹਿ ਜਾਂਦਾ ਤੁਸੀਂ ਹੁਣ ਇਹ ਕਿਹਾ ਸੀ ਕਿ ਵੀ ਪੰਥ ਦੀ ਨੁਮਾਇੰਦਾ ਜਮਾਤ ਬਚਾਉਣ ਉਸ ਤੇ ਅਕਾਲੀਆਂ ਨੂੰ ਬਚਾਉਣਾ ਤਾਂ ਤੁਸੀਂ ਚੁੱਪ ਰਹੇ ਇੰਨਾ ਟਾਈਮ ਠੀਕ ਹੈ मैं कभी किसी ना गुप्त समझौता नहीं करता ना मैं बीजेपी कांग्रेस कोई आम आदमी पार्टी मेरे तो काम करा सकती है ना कभी मेरे पिता ने किया जिथे पंथ की गल होगी उत्थे कोई बीजेपी नहीं कोई कांग्रेस नहीं कोई आम आदमी पार्टी नहीं मनजीत सिंह जी पंथ तेरा वालों पिछले लगातार 30-35 सालों को इल्जाम लगता है कि अकाली दल के पीछे कितने ना कितने आरएसएस की साजिश रही है आरएसएस के प्रभाव अधीन ही अकाली दल ने काम किया है जिन्हें हजारा मसले ने मसलों के उत्ते ना जाइए मेरा सवाल है कि हुण तुसीं अकाली दल तो बाहर हो कमेटी तो बाहर हो कि तुसीं कबूल करते हो आरएसएस का कोई कंट्रोल कमेटी के उत्ते रहा है मैं 6 साल के अपने तजुर्बे कह सकता किसी किस्म का कोई इंटरफेरेंस आर एस एस की मेरी कमेटी च नहीं रही उन्होंने जाके उन्होंने पुछ लो उन्होंने जाके उन्होंने पुछ लो एस जी पी सी मैं अपना जवाब दे सकता कि 6 साल आर एस एस की किसी किस्म की इंटरफेरेंस मैं नहीं होने दिती उन्होंने मैं अप्रोच भी नहीं किया उन्होंने मैं कभी अप्रोच भी नहीं किया मैं समझदा वा कि एक गल होर सुन लो भाई साहब ने सवाल बड़ा वधिया किया यार तू दिल दी गल गल है कि श्रोमणी अकाली दल परिवार की पार्टी नहीं सी श्रोमणी अकाली दल एक विरासती पार्टी नहीं सी विरासती मेरी विरासत उस तरीके नाल नहीं परिवार की विरासती पार्टी नहीं सी डायनेस्टिक पार्टी नहीं सी इत्थे बाबा खड़क सिंह रहे
ਇੱਥੇ ਮਾਸਟਰ ਤਾਰਾ ਸਿੰਘ ਰਹੇ, ਇੱਥੇ ਮੋਹਨ ਸਿੰਘ ਤੁਰ ਰਿਹਾ, ਇੱਥੇ ਤਲਵੰਡੀ ਸਾਹਿਬ ਰਹੇ, ਇੱਥੇ ਸੰਤ ਫਤਿਹ ਸਿੰਘ ਰਹੇ, ਸੰਤ ਚੰਨਣ ਸਿੰਘ ਰਹੇ। ਲੇਕਿਨ ਜਿਸ ਦਿਨ ਤੋਂ ਇਹ ਪਰਿਵਾਰ ਆਇਆ, ਇਹ ਪਰਿਵਾਰ ਦੀ ਪਾਰਟੀ ਰਹਿ ਗਈ। ਔਰ ਅੱਜ ਵੀ ਇਹ ਪਰਿਵਾਰ ਜਿਹੜਾ ਬੜਾ ਖੁਸ਼ ਹੋ ਰਿਹਾ ਕਿ ਅਸੀਂ ਵੋਟਾਂ ਵੱਧ ਲੈ ਗਏ ਹਾਂ। ਮੈਨੂੰ ਨਹੀਂ ਸਮਝ ਆਈ ਹੈ ਕਿੱਥੋਂ ਦੀ ਵੋਟਾਂ ਵੱਧ ਲੈ ਗਏ ਨੇ। ਮੈਨੂੰ ਇਹ ਸਮਝ ਆ ਰਹੀ ਹੈ ਕਿ ਇਸ ਵੇਲੇ ਪੰਥ ਤੁਹਾਡੇ ਤੋਂ ਵੱਖਰਾ ਹੋ ਚੁੱਕਾ ਹੈ, ਤੁਸੀਂ ਇੱਕ ਪਰਿਵਾਰ ਦੀ ਪ੍ਰਾਈਵੇਟ ਲਿਮਿਟਡ ਕੰਪਨੀ ਰਹਿ ਗਏ ਹੋ। ਔਰ ਮੈਂ ਉਸ ਪਾਰਟੀ 'ਚ ਨਹੀਂ ਜਾਵਾਂਗਾ ਜਿਹੜੀ ਪ੍ਰਾਈਵੇਟ ਲਿਮਿਟਡ ਕੰਪਨੀ ਹੋਏਗੀ, ਜਿਹੜੀ ਅਕਾਲੀ ਦਲ ਸਹੀ ਹੋਏਗਾ ਉਹਦੇ ਵਾਸਤੇ। ਮੈਂ ਸਮਝਦਾ ਵਾਂ ਕਿ ਆਉਣ ਵਾਲਾ ਸਮਾਂ ਬੜਾ ਕੁਛ ਤੈਅ ਕਰੇਗਾ। ਅੱਜ ਕਦੀ ਇਹ ਹੋਇਆ ਕਿ ਤੁਸੀਂ ਦਿੱਲੀ ਆ ਕੇ ਡੇਰਾ ਲਾ ਲਓ ਇੱਕ ਵਜ਼ੀਰੀ ਲੈਣ ਪਿੱਛੇ? ਮਾਸਟਰ ਤਾਰਾ ਸਿੰਘ ਕੋਲ ਤਾਂ ਪੰਡਿਤ ਨਹਿਰੂ ਦਰਵਾਜ਼ਾ ਖੋਲ੍ਹ ਕੇ ਬਿਠਾਉਣ ਆਉਂਦਾ ਹੁੰਦਾ ਸੀਗਾ। ਮੈਂ ਸਮਝਦਾ ਵਾਂ ਕਿ ਮੈਂ ਹਮੇਸ਼ਾ ਲੋਕਾਂ ਦੇ ਵਿੱਚ ਰਿਹਾ ਵਾਂ, ਸੰਗਤ ਦੇ ਵਿੱਚ ਰਿਹਾ ਵਾਂ, ਸੰਗਤ ਦੀ ਕਚਹਿਰੀ 'ਚ ਰਿਹਾ ਵਾਂ। ਸੰਗਤ ਜੋ ਦਿਸ਼ਾ ਨਿਰਦੇਸ਼ ਤੈਅ ਕਰੇਗੀ ਉਹ ਮੈਨੂੰ ਸਜ਼ਾ ਦੇਵੇਗੀ ਕਿ ਮੈਨੂੰ ਕਲਗੀ ਲਾਏਗੀ, ਇਹ ਸੰਗਤ ਦੇ ਉੱਤੇ ਹੈ। ਸੰਗਤ ਗੁਰੂ ਦਾ, ਮੈਂ ਬਾਕੀਆਂ ਦੀ ਗੱਲ ਨਹੀਂ ਕਰਦਾ ਯਾਰ, ਮੈਂ ਆਪਣੀ ਗੱਲ ਕਰਾਂਗਾ। ਉਹਨਾਂ ਦਾ ਜ਼ਮੀਰ ਜੋ ਕੁਛ ਹੈ ਉਹਨਾਂ ਨਾਲ ਹੈ, ਮੇਰਾ ਆਪਣਾ ਜ਼ਮੀਰ ਹੈ। ਮੈਨੂੰ ਅੱਜ ਤੱਕ ਦੱਸੋ ਕਿਸੇ ਨੇ ਅਸਤੀਫਾ ਦਿੱਤਾ ਆਪਣੀ ਕੁਰਸੀ ਤੋਂ ਉੱਤੇ ਇਲਜ਼ਾਮ ਲੱਗੇ ਹੋਣ? ਗਿਵ ਮੀ ਵਨ ਐਗਜ਼ਾਮਪਲ। ਮੇਰਾ ਖਿਆਲ ਹੈ ਕਿ ਉਹ ਵੀ ਨਾ, ਕਿਉਂਕਿ ਉਹ ਨਾਲ ਦੀ ਕੁਰਸੀ ਤੇ ਬਹਿੰਦੇ ਤਾਂ ਜ਼ਿਕਰ ਨਹੀਂ ਕਰਦੇ, ਜੇ ਬੀਜੇਪੀ ਸਾਰੀ 'ਚ ਹੀ ਜ਼ਿਕਰ। ਇੱਦਾਂ ਜੀ, ਮੈਂ ਉਹਨਾਂ ਦੇ ਉੱਤੇ ਜਿਹੜਾ ਮਾਨਹਾਨੀ ਦਾ ਕੇਸ ਤਾਂ ਕਰਾਂਗੇ ਕਰਾਂਗਾ, ਨੰਬਰ 1। ਨੰਬਰ 2, ਹਲੇ ਬੜਾ ਕੁਛ ਉਹ ਬਣਾ ਰਹੇ ਨੇ ਅੰਦਰ ਬੈਠ ਕੇ, ਅੰਦਰ ਸਟਾਫ ਨੂੰ ਧਮਕਾਇਆ ਜਾ ਰਿਹਾ, ਤੁਹਾਡੀਆਂ ਫਲੈਟ ਖਾਲੀ ਕਰਾ ਲਾਂਗੇ, ਤੁਹਾਡੀਆਂ ਨੌਕਰੀਆਂ ਤੋਂ ਕੱਢ ਦਿਆਂਗੇ। ਬੜੇ ਉਹਨਾਂ ਨੂੰ ਡਰਾਵੇ ਦਿੱਤੇ ਜਾ ਰਹੇ ਨੇ ਕਿ ਮਨਜੀਤ ਸਿੰਘ ਦੇ ਖਿਲਾਫ਼ ਚੱਲ ਕੇ ਪੇਸ਼ ਹੋ ਜਾਓ, ਗਵਾਹੀਆਂ ਦੇ ਦਿਓ, ਸੰਭਾਲ ਲੈਂਦੇ ਹੋ, ਕਿਉਂਕਿ ਇੱਕ ਕਚਹਿਰੀ ਉੱਤੇ ਹੈ, ਮੈਂ ਉਸ ਕਚਹਿਰੀ 'ਚ ਵਿਸ਼ਵਾਸ ਕਰਦਾ। ਮੈਂ ਇਹ ਸਮਝਦਾ ਵਾਂ ਕਿ ਮੈਂ ਕੋਰਟ ਦਾ ਇੰਤਜ਼ਾਰ ਕਰ ਰਿਹਾ, ਨਵੇਂ ਕੇਸ ਜੀ ਸਦਕੇ ਪਾ ਲਓ। ਔਰ ਜੋ ਕੁਛ ਮੈਂ ਤੁਹਾਡੇ ਸਾਹਮਣੇ ਰੱਖਿਆ, ਮੈਂ ਤੱਥਾਂ ਨਾਲ ਰੱਖਿਆ, ਮੈਂ ਕੰਕੋਕਟਡ ਨਹੀਂ ਰੱਖਿਆ। ਮੈਂ ਕਿਸੇ ਮੈਂਬਰ ਨੂੰ ਨਹੀਂ ਸੱਦਿਆ ਅੱਜ। ਮੈਂ ਕਿਸੇ ਨੂੰ ਨਾਲ ਤਾਰ ਰੱਖਾਂ ਜੇ ਮੈਂ ਅੱਗੋਂ ਪ੍ਰਧਾਨ ਬਣਨਾ ਹੋਵੇ ਤਾਂ। ਮੈਂ ਜਦ ਅਸਤੀਫਾ ਦੇ ਕੇ ਆ ਗਿਆ, ਜਦ ਤੱਕ ਮੈਂ ਸੁਰਖਰੂ ਨਹੀਂ ਹੁੰਦਾ, ਮੈਂ ਹਲੇ ਇਸ ਪਾਸੇ ਜਾਣਾ ਹੀ ਨਹੀਂ। ਅੱਛਾ, ਹੁਣ ਤੁਸੀਂ ਡਾਕੂਮੈਂਟ ਇਹਨੇ ਦਿਖਾ ਦਿਓ, ਹੋਰ ਵੀ ਦਿਖਾਉਣਾ ਦਾਵਾ ਕੀਤਾ, ਸਾਰਾ ਮੀਡੀਆ ਵੇਖ ਲਿਆ ਔਨ ਰਿਕਾਰਡ। ਮੇਰੀ ਇਹ ਦਲੀਲ ਇੱਛਾ ਯਾਨੀ ਕਿ ਲਾ ਲਓ ਸਵਾਲ ਦੇ ਰੂਪ 'ਚ, ਕੀ ਤੁਸੀਂ ਇਸ ਸਾਰੇ ਕਾਸੇ ਦੀ ਕਿਤਾਬ ਛਾਪੋਗੇ ਤਾਂ ਤੱਕ ਕਿ ਆਉਣ ਵਾਲੀਆਂ ਪੁਸਤਕਾਂ ਵੀ ਪੜ੍ਹਦੀਆਂ ਰਹਿਣ? 100% ਛਾਪਾਂਗਾ, 100% ਛਾਪਾਂਗਾ ਕਿ ਇਹ ਕਿਹੋ ਜਿਹਾ ਨਿਜ਼ਾਮ ਗੁਰਦੁਆਰਾ ਕਮੇਟੀ 'ਚ ਹੋਣਾ ਚਾਹੀਦਾ, ਉਹਦੀ ਅਲਾਇੰਸ ਕਿਹੋ ਜਿਹੀ ਹੋਣੀ ਚਾਹੀਦੀ ਹੈ ਗੁਰੂ ਨਾਲ, ਸਿਆਸੀ ਪਾਰਟੀਆਂ ਨਾਲ ਨਹੀਂ। ਰੂਪਾਂ ਵਾਲੇ ਡੌਗਸ ਵੀ ਆਹ ਹੱਸ ਮੇਰੇ ਹੁੰਦੇ ਪ੍ਰਧਾਨਗੀ ਦੇ 6 ਸਾਲਾਂ 'ਚ ਇੰਨੇ ਕੁਛ ਤੁਹਾਨੂੰ ਬਿਨਾਂ ਦੱਸੇ ਥੱਲੇ ਘਪਲੇ ਕੀਤੇ ਗਏ ਕਰੋੜਾਂ ਦੇ। ਮੈਂ ਸਮਝਦਾ ਵਾਂ ਮੈਨੂੰ ਬਗੈਰ ਦੱਸੇ ਹੋਇਆ ਹੋਵੇ ਜਾਂ ਮੈਨੂੰ ਦੱਸ ਕੇ ਹੋਇਆ ਹੋਵੇ, ਮੈਂ ਸਭ ਕੁਛ ਛਾਪਾਂਗਾ। ਮੈਂ ਕਿਸੇ ਚੀਜ਼ ਤੋਂ ਘਬਰਾਉਂਦਾ ਨਹੀਂ। ਸੰਗਤ ਦੇ ਵਿੱਚ ਜਦੋਂ ਜਾਓ ਨਾ, ਗੁਰੂ ਦੇ ਅੱਗੇ ਜਾਓ, ਫਿਰ ਤੁਸੀਂ ਗੁਰੂ ਦੇ ਦੇਣਦਾਰ ਹੋ। ਮੈਂ ਨਹੀਂ ਪਤਾ ਹਲੇ ਕਿੰਨੇ ਸਾਲ ਲਵਾਂਗਾ, ਹਲੇ ਪਹਿਲੇ ਇਹ ਵਾਲੇ ਇਹਨਾਂ ਦੇ ਨਵੇਂ ਜਿਹੜੇ ਹੋਰ ਮੁਕੱਦਮੇ ਆਉਣੇ। ਮੇਰਾ ਖਿਆਲ ਹੈ ਕਿ ਹਲੇ 1.5-2 ਸਾਲ ਦੇ ਵਿੱਚ ਮੇਰੀ ਕਿਤਾਬ ਆ ਜਾਏਗੀ, ਉਹਦੇ ਵਿੱਚ ਇਹਦਾ ਜ਼ਿਕਰ ਜ਼ਰੂਰ ਹੋਏਗਾ। ਮੈਂ ਤੁਹਾਨੂੰ ਜਵਾਬ ਦੇ ਚੁੱਕਾ, ਮੈਂ ਸੰਗਤ ਦੇ ਵਿੱਚ ਨਿਕਲਣਾ ਸ਼ੁਰੂ ਕਰ ਦਿੱਤਾ, ਮੈਂ ਸੰਗਤਾਂ ਦੇ ਵਿੱਚ ਜਾ ਰਿਹਾ। ਸੰਗਤ ਜੋ ਮੇਰੇ ਤੋਂ ਚਾਹੇਗੀ ਮੈਂ ਉਹ ਜ਼ਰੂਰ ਕਰਾਂਗਾ, ਉਹ ਮੈਨੂੰ ਪਾਵਰ ਪੋਲਿਟਿਕਸ ਵੱਲ ਭੇਜਦੀ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲ ਭੇਜਦੀ। ਭਾਅ ਜੀ, ਇਹ ਸਵਾਲ ਉਹਨਾਂ ਨੇ ਪੁੱਛਿਆ, ਮੇਰਾ ਖਿਆਲ ਸੰਗਤਾਂ ਦਾ ਜੋ ਮੈਨੂੰ ਆਸ਼ੀਰਵਾਦ ਹੋਏਗਾ ਮੈਂ ਜ਼ਰੂਰ ਕਰਾਂਗਾ। ਜੇ ਸੰਗਤਾਂ ਚਾਹਣਗੀਆਂ ਕਿ ਮੈਂ ਧਰਮ ਦੀ ਸਿਆਸਤ 'ਚ ਰਹਾਂ, ਮੈਂ ਧਰਮ ਦੀ 'ਚ ਰਹਾਂਗਾ। ਜੇ ਸੰਗਤਾਂ ਚਾਹਣਗੀਆਂ ਮੈਂ ਵੱਡੀ ਸਿਆਸਤ ਜਾ ਕੇ ਕੋਈ ਸੇਵਾ ਕਰ ਚੁੱਕਾ, ਮੇਰੀ ਆਪਸ਼ਨਸ ਓਪਨ ਨੇ ਅੱਜ ਦੀ ਡੇਟ 'ਚ। ਲੇਕਿਨ ਬੜੀ ਛੇਤੀ ਤੁਹਾਡੇ ਸਾਹਮਣੇ ਇਹਦਾ ਰਿਜ਼ਲਟ ਆ ਜਾਏ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।